ਤੇ ਸਾਡੀ ਜੀ 2004 ਦੇ ਵਿੱਚੋਂ ਮੈਂ ਓਪਨ ਖੇਡਣ ਲੱਗ ਗਿਆ ਜੀ 2006 ਥਾਈ ਅਸੀਂ ਤਾਮਾ ਤਿੱਲਾ ਜਾਨੀ ਮੈਂ ਜਿੱਤੇ ਓਪਨ ਦਾ ਫਿਰ ਜਦ ਤੋਂ ਤੇਜ਼ੀ ਆ ਵਧਿਆ ਨਾ ਫਿਰ ਉਦੋਂ ਬਾਅਦ ਫਿਰ ਨੋਨਾ ਆ ਗਿਆ ਦੇ ਨਾਲ ਭੈਣੀਆਂ ਦਾ ਫਿਰ ਨਹੀਂ ਅਸੀਂ ਕਿਸੇ ਨੂੰ ਜਿੱਤਣ ਦਿੱਤਾ ਜੀ ਫਿਰ ਉਹਨਾਂ ਅਸੀਂ ਤਹਿਣੀਆਂ ਦਿਖਾਉਂਦੀਆਂ ਟੀਮਾਂ ਹਰਾਈਆਂ ਵੀ ਅਤੇ ਉਦੋਂ ਜੀ ਮੈਂ ਅਮੈਰੀਕਾ ਸੀ ਮੈਂ ਅਤੇ ਹਰਮਿੰਦਰ ਰੱਬੋਂ ਅਤੇ ਮੈਂ ਬਾਈ ਦੇ ਘਰੇ ਸੀ ਆਪਣੇ ਚੰਨੇ ਦੇ ਯਾਰ ਵਗੇਰੀਏ ਦੇ ਉੱਥੇ ਯੂ ਐੱਸ ਏ ਅਤੇ ਜਦੋਂ ਮੈਂ ਸਵੇਰੇ ਉੱਠੇ ਮੈਂ ਅਤੇ ਹਰਮਿੰਦਰ ਰੱਬੋਂ ਅਸੀਂ ਜਿੰਮ ਜਾਣਾ ਜੀ ਜਦੋਂ ਅਸੀਂ 6:30 ਉੱਠੇ ਤਾਂ ਫੋਨ ਰੱਬੋਂ ਨੇ ਹਰਮਿੰਦਰ ਨੇ ਖੋਲਿਆ ਮੈਨੂੰ ਤਾਂ ਮੈਂ ਬਹੁਤ ਯਾਰ ਮਾਰਾ ਹੋਇਆ ਮੈਂ ਤਾਂ ਰੱਬੋਂ ਕੀ ਹੋ ਰਿਹਾ ਉੱਠੀ ਤਾਂ ਮੈਂ ਯਾਰ ਆਪਣਾ ਭਾਈ ਨੇ ਵੀ ਇੱਦਾਂ ਸੂਸਾਈਡ ਕਰ ਲਿਆ ਵੀ ਤੇਜ਼ੀ ਨੇ ਆਪ ਵੀ ਉਦੋਂ ਹੀ ਜਦੋਂ ਜਦੋਂ ਆਹ ਗੱਲ ਸੁਣੀ ਤਾਂ ਉਦੋਂ ਹੀ ਮੇਰਾ ਸਰੀਰ ਬਹੁਤ ਜ਼ਿਆਦਾ ਠੰਡਾ ਪੈ ਰਿਹਾ ਹੁਣ ਜਦੋਂ ਤੇਜ਼ੀ ਨਾਲ ਇੰਨਾ ਖਾਧਿਆ ਪੀਤਾ ਇਕੱਠੇ ਰਿਹਾ ਖੇਡਿਆ ਜੀ ਬਹੁਤ ਜ਼ਿਆਦਾ ਮੇਰੇ ਦਿਲ ਨੂੰ ਚਾਹੀ ਚੋਟ ਪਹੁੰਚੀ ਅਤੇ ਨਾ ਉੱਧਰ ਜੱਫਾ ਨਾ ਉੱਧਰ ਵੀਹ ਰੇਡਾਂ ਜੀ ਉਦੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਰਦਾ ਉਹ ਤਾਂ ਨਹੀਂ ਮੈਂ ਘੱਟੇ ਨਾਲ ਜਾ ਸਕਿਆ ਉਦੋਂ ਬਾਅਦ ਆਪਣਾ ਮੁੰਡਾ ਰਾਜ ਆਇਆ ਉਦੋਂ ਬਾਅਦ ਮੈਂ ਉਹਨੂੰ ਫੜ ਲਿਆ ਖੁੱਲ੍ਹਾ ਹੀ ਲੜ ਕੇ ਮੈਂ ਜਿਵੇਂ ਫੜਦਾ ਹੀ ਮੈਂ ਫੜ ਲਿਆ ਉਦੋਂ ਬਾਅਦ ਗੁਰਪ੍ਰੀਤ ਕਮੈਂਟਰੀ ਕਰਦਾ ਜੀ ਆਪਣਾ ਭਰਾ ਬੇਰਾ ਵਾ ਮੈਨੂੰ ਕਹਿੰਦਾ ਵੀ ਭੰਗਣਾ ਨਾ ਬਾਹ ਅਰੇ ਮੇਲਾ ਬਹੁਤ ਦੂਰ ਆ ਮੈਂ ਕੋਈ ਨਾ ਦੁਬਾਰੇ ਫੇਰ ਕਬੱਡੀ ਆਈ ਮੈਂ ਦੁਬਾਰੇ ਫੇਰ ਫੜ ਲਾ ਜਾਨੂੰ ਰੈਪਰੀ ਨੇ ਸੀਟੀ ਮਾਰਤੀ ਵੀ ਮੈਂ ਖਾਦਮ ਉਹਦਿਆਂ ਉਹ ਮੈਂ ਹੱਥ ਸੇਕਦਿਆਂ ਮਾਰਿਆ ਚੱਕ ਮੇਲਾ ਤਲਕਾ ਖਾਦਮ ਵੀ ਜਿੱਦਣ ਤੋਂ ਬਾਹਰ ਜਾਣ ਲੱਗਿਆ ਅਤੇ ਉਦੋਂ ਤੋਂ ਮੈਂ ਪੁਰਾਣਾ ਮੈਂ ਆਈ ਉਦੋਂ ਬਾਅਦ ਆਪਣਾ ਭਰਾ ਸੋਦਾ ਕਰਨਜੀਤ ਅਤੇ ਉਦੋਂ ਬਾਅਦ ਫਿਰ ਆਪਣਾ ਕਰਜੀਤ ਬੱਬੂ ਗੁਰਜਿੰਦਰ ਸਾਰੇ ਉਹ ਮੇਰੇ ਫਾਂਤੀ ਉਹਨੇ ਲਾ ਲਏ ਉਹਨੂੰ ਮਨਜਿੰਦਰ ਉਹ ਸਭ ਮਿੱਤੋ ਛੋਟੇ ਨੇ ਮਿੱਤੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੁੱਚੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਲਸਾਰੇ ਗਿੱਲ ਦੀ ਕਬੱਡੀ ਟੀਮ ਦੀਆਂ ਕਾਫੀ ਲੰਬੇ ਸਮੇਂ ਤੋਂ ਗੱਲਾਂ ਹੁੰਦੀਆਂ ਆ ਰਹੀਆਂ ਜਿਸ ਟੀਮ ਨੇ ਪੰਜਾਬ ਦੇ ਅਨੇਕਾਂ ਕਬੱਡੀ ਕੱਪਾਂ 'ਤੇ ਤਹਿਲਕਾ ਮਚਾਇਆ ਖੇਡ ਮੇਲਿਆਂ 'ਤੇ ਤਹਿਲਕਾ ਮਚਾਇਆ ਉਸ ਟੀਮ ਦੇ ਖਿਡਾਰੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਤਕੜਾ ਖੇਡਿਆ ਉਸ ਟੀਮ ਦਾ ਇੱਕ ਸਭ ਤੋਂ ਪੁਰਾਣਾ ਕਬੱਡੀ ਖਿਡਾਰੀ ਕਹਿ ਸਕਦੇ ਹਾਂ ਮੱਖਣ ਲਸਾੜੇ ਵਾਲਾ ਟੌਪ ਦਾ ਯਾਫੀ ਹੋਇਆ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਟੌਪ ਦੀ ਕਬੱਡੀ ਖੇਡਿਆ ਮੱਖਣ ਲਸਾੜੇ ਦੀ ਇੱਕ ਯਾਰੀ ਸੀਗੀ ਪੰਜਾਬ ਦੇ ਇੱਕ ਸਿਰ ਕੱਢ ਰੇਡਰ ਚੋਟੀ ਦੇ ਰੇਡਰ ਤੇਜ਼ੀ ਲਸਾੜਾ ਦੇ ਨਾਲ ਜਿਨ੍ਹਾਂ ਨੂੰ ਤੇਜ਼ੀ ਲਸਾੜਾ ਕਰਕੇ ਵੀ ਜਾਣਿਆ ਗਿਆ ਤੇਜ਼ੀ ਨਿਜ਼ਾਮਪੁਰ ਕਰਕੇ ਵੀ ਜਾਣਿਆ ਗਿਆ ਉਹਨਾਂ ਨਾਲ ਕਾਫੀ ਨੇੜਤਾ ਸੀ ਇਹਨਾਂ ਨਾਲ ਆ ਕੇ ਉਹ ਖੇਡਣ ਲੱਗਿਆ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲਾਂ ਹੋਈਆਂ ਤੇਜ਼ੀ ਲਸਾੜਾ ਦੀ ਜ਼ਿੰਦਗੀ ਬਾਰੇ ਜਾਣਾਂਗੇ ਮੱਖਣ ਲਸਾੜਾ ਦੀ ਜ਼ਿੰਦਗੀ ਬਾਰੇ ਜਾਣਾਂਗੇ ਡੀਪੀਡੀ ਟੈਲੀਵਿਜ਼ਨ ਦੀ ਟੀਮ ਉਹਨਾਂ ਦੇ ਗ੍ਰਹਿ ਪਿੰਡ ਲਸਾੜਾ ਗਿੱਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਹੁੰਚੀਏ ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ ਪੰਜਾਬ ਦੇ ਅੰਤਰਰਾਸ਼ਟਰੀ ਜਾਫੀ ਮੱਖਣ ਲਸਾੜਾ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਹਾਲ ਚਾਲ ਬਹੁਤ ਵਧੀਆ ਜੀ ਸਿਹਤਾਂ ਕਾਇਮ ਨੇ ਜੀ ਹਾਂਜੀ ਸਿਹਤਾਂ ਪੂਰੀਆਂ ਕਾਇਮ ਨੇ ਵੈਸੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਬੱਡੀ ਖੇਡਦੇ ਆ ਰਹੇ ਹੋ ਅੱਜ ਕੱਲ੍ਹ ਕਬੱਡੀ ਨਾਲ ਜੁੜੇ ਹੋ ਕਿ ਕਬੱਡੀ ਛੱਡ ਚੁੱਕੇ ਹੋ ਜੀ ਨਹੀਂ ਜੀ ਹਜੇ ਵੀ ਜੁੜੇ ਹੋਏ ਹਾਂ ਹਜੇ ਅਮੈਰੀਕਾ ਦੇ ਵਿੱਚ ਜੋ ਮੈਚ ਹੁੰਦੇ ਨੇ ਕਵੇਦਾਂ 'ਚ ਹੁੰਦੇ ਨੇ ਉਦੋਂ ਮੈਂ ਖੇਡ ਦਿੰਦਾ ਜੀ ਉਦੋਂ ਜਾ ਕੇ ਮੈਚ ਉਹ ਇਹ ਵੀ ਚਾਰ ਛਾਨਿਆਂ ਦਾ ਮੈਚ ਲਾ ਲਈਦਾ ਯਾਨੀ ਕਿ 10-10 ਸਾਲ ਦੇ ਵੀਜ਼ੇ ਮਿਲੇ ਹੋਏ ਆ ਹਾਂਜੀ 10 ਸਾਲ ਦਾ ਅਮਰੀਕਾ ਦਾ ਵੀਜ਼ਾ 10 ਸਾਲ ਦਾ ਕਨੇਡਾ ਦਾ ਵੀਜ਼ਾ ਜੀ ਜੀ ਅਤੇ ਇੱਧਰ 40 ਸਾਲ ਕਿਹੜੀ ਟੀਮ ਵੱਲੋਂ ਖੇਡਦੇ ਹੋ ਅਤੇ ਉਹਦੇ ਸਾਡੀ ਟੀਮ ਆ ਜੀ ਸ਼ੀਆਂ ਦੌਰ ਦੀ ਭਰਦੇ ਹੁੰਦੇ ਹਾਂ ਅਸੀਂ ਆਗ ਉੱਪਰ ਦੀ ਟੀਮ ਉਹਨਾਂ ਵੱਲੋਂ ਖੇਡਦੇ ਹਾਂ ਨਾਲ ਉਹਨਾਂ ਦੀ ਦੇਵ ਉਹਨਾਂ ਦੀ ਸੁਲਤਾਨ ਉਹਨਾਂ ਦੀ ਟੀਮ ਜੀ 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 ਯਾਨੀ ਕਿ ਅੱਜ ਕੱਲ੍ਹ 40 ਸਾਲਾਂ ਵੱਲ ਚਲੇ ਗਏ ਹਾਂਜੀ ਹਾਂਜੀ ਅਤੇ ਕਬੱਡੀ ਖੇਡਣ ਦੀ ਸ਼ੁਰੂਆਤ ਕਦੋਂ ਕਰੀ ਸੀ ਕਿਸ ਸੰਨ ਦੇ ਵਿੱਚ ਕਰੀ ਸੀ ਜੀ ਅਤੇ 1994 ਤੋਂ ਕੀਤੀ ਹੈ ਜੀ ਮੈਂ ਕਿਹੜੇ ਭਾਰ ਵਰਗ ਤੋਂ ਅਤੇ ਭਾਰ ਵਰਗ ਤੋਂ ਮੈਂ 28 ਤੋਂ ਕੀਤੀ ਹੈ ਜੀ ਉਦੋਂ ਪਹਿਲਾਂ ਮੈਂ ਸਕੂਲਾਂ ਦੇ ਵਿੱਚੋਂ ਕੀਤੀ ਹੈ ਜੀ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਖੇਡਦੇ ਸੀ ਨੈਸ਼ਨਲ ਖੇਡਦੇ ਸੀ ਕਿ ਸਰਕਲ ਸਟਾਈਲ ਖੇਡਦੇ ਸੀ ਅਤੇ ਮੈਂ ਨੈਸ਼ਨਲ ਸਟੈਰ ਤੋਂ ਹੀ ਕੀਤੀ ਆ ਸਾਡਾ ਮਾਸਟਰ ਜੀ ਹੁੰਦਾ ਜੀ ਹੈ ਨਾ ਮਰਤੀਰ ਸਿੰਘ ਮਾਂਗੇਵਾਲ ਤੋਂ ਪਿੰਡ ਇੱਥੇ ਪਿੰਡ ਹੈ ਜੀ ਉਹ ਬਹੁਤ ਕਬੱਡੀ ਦਾ ਵਧੀਆ ਮਾਸਟਰ ਉਹਨੂੰ ਕੋਚ ਸੀ ਇੱਕ ਤਰ੍ਹਾਂ ਦਾ ਜੀ ਉਹਨਾਂ ਨੇ ਮੈਨੂੰ ਕਬੱਡੀ ਵੱਲ ਨੂੰ ਪਾਇਆ ਜੀ ਸਕੂਲਾਂ ਦੇ ਵਿੱਚ ਫਿਰ ਮੇਰੇ ਕਬੱਡੀ ਦੇ ਮੈਚ ਲੱਗੇ ਜੀ ਉਦੋਂ ਬਾਅਦ ਨਿਆਂ ਪੂਰੀ ਤੇਜ਼ੀ ਨਾਲ ਵੀ ਲੱਗੇ ਸ਼ੁਰੂਆਤ ਦੇ ਵਿੱਚ ਸ਼ੁਰੂ ਦੇ ਵਿੱਚ ਜਿੱਥੋਂ ਸਾਡੀ ਜਾਰੀ ਪਈ ਆ ਜੀ ਕਿਵੇਂ ਜਾਰੀ ਪਈ ਕੀ ਕਾਰਨ ਸੀ ਜੀ ਕਾਰਨ ਇਹ ਹੀ ਮੈਂ ਕਬੱਡੀ ਦੇ ਵਿੱਚ ਉੱਧਰੋਂ ਤੇਜ਼ੀ ਦੀ ਟੀਮ ਵੀ ਨਿਆਂਪੁਰ ਦੀ ਪੂਰੀ ਵਧੀਆ ਸੀ ਇੱਧਰੋਂ ਮੇਰੀ ਵੀ ਟੀਮ ਪੂਰੀ ਵਧੀਆ ਸੀ ਫਿਰ ਸਾਡਾ ਫਾਈਨਲ ਮੈਚ ਹੋਇਆ ਜੀ ਸ਼ੋਰੇ ਜੂਨ ਦੇ ਵਿੱਚ ਜੀ ਅਤੇ ਉਹਦੇ ਵਿੱਚ ਕਬੱਡੀ ਦੇ ਵਿੱਚ ਮੈਚ ਹੋਇਆ ਤਾਂ ਕਬੱਡੀ ਦੇ ਵਿੱਚ ਤੇਜ਼ੀ ਨੂੰ ਮੈਂ ਹਰਾਤਾ ਅਤੇ ਉਦੋਂ ਬਾਅਦ ਰੇਸ ਹੋਈ ਰੇਸ ਦੇ ਵਿੱਚ ਉਹਨੇ ਮੈਨੂੰ ਹਰਾਤਾ ਜੀ
ਸ਼ੁਰੂਆਤ ਦੇ ਵਿੱਚ ਚਲੇ ਗਏ ਉੱਥੋਂ ਜਾਰੀ ਉੱਥੋਂ ਆਦੀ ਜਾਰੀ ਪਈ ਉਸ ਤੋਂ ਬਾਅਦ ਤਾਂ ਫਿਰ ਤੇਜ਼ੀ ਕਾਫੀ ਸਮੇਂ ਬਾਅਦ ਤੁਹਾਡੇ ਪਿੰਚ ਖੇਡਣ ਲੱਗਿਆ ਫਿਰ ਉਦੋਂ ਬਾਅਦ ਤੇਜ਼ੀ 10ਵੀਂ ਤੋਂ ਬਾਅਦ ਪਲੱਸ ਵਨ ਦੇ ਵਿੱਚ ਲਸੋਈ ਬਾਹਰ ਲੱਗਿਆ ਤਾਂ ਉਹ ਸਾਡੇ ਗਰਾਊਂਡ ਕੋਚ ਹੀ ਲੰਘਦਾ ਹੁੰਦਾ ਜੀ ਫਿਰ ਉਹ ਹੌਲੀ ਹੌਲੀ ਸਾਡੇ ਲਵੇ ਆਉਣ ਲੱਗ ਗਿਆ ਜੀ ਉਦੋਂ ਬਾਅਦ ਮੈਂ ਬਜਨ ਨੂੰ ਖੇਡਦਾ ਸੀ 57 ਕਿਲੋ ਬਾਅਦ ਫਿਰ ਉਹਦਾ ਭਾਰ ਵੱਧ ਸੀ ਫਿਰ ਅਸੀਂ ਓਪਨ ਉਹਦੇ ਨਾਲ ਭਾਰ ਮਾਰਦੇ ਆਪਣੇ ਪਿੰਡ ਦੇ ਲਸਾਰੇ ਦੇ ਬੋਲਦੇ ਸੀ ਅੱਜ ਸਾਈ ਸਾਡੀ ਟੀਮ ਹੀ ਨੀ ਕੱਟ ਹੋਈ ਸੀ ਤੇਜ਼ੀ ਦੀ ਤਾਂ ਲਸਾਰੇ ਦੇ ਲਸਾਰੇ ਦੇ ਵਿੱਚ ਤੇਜ਼ੀ ਨੂੰ ਸ਼ੁਰੂਆਤ ਕੀਤੀ ਹੈ ਤੇ ਤੁਸੀਂ ਕਿਹੜੇ ਕਿਹੜੇ ਭਾਰ ਖੇਡੇ ਸ਼ੁਰੂਆਤ ਦੇ ਵਿੱਚ ਮੈਂ ਸ਼ੁਰੂਆਤ ਦੇ ਵਿੱਚ 28 ਕਿਲੋ ਤੋਂ ਸਟਾਰਟ ਕੀਤੀ ਹੈ ਜੀ ਹੋਰ ਕਿਹੜੇ ਕਿਹੜੇ ਖੇਡੇ ਆ ਜੀ 28, 32, 37, 42, 47, 52 ਬਾਅਦ ਉੱਪਰ ਭਾਰ ਵਰਗ ਦੇ ਵਿੱਚ ਕਿੰਨੇ ਟੂਰਨਾਮੈਂਟ ਜਿੱਤੇ ਕਿ ਵੈਸੇ ਇੰਜੋਏ ਕਰਦੇ ਸੀਗੇ ਨਹੀਂ ਜੀ ਮੈਂ ਸ਼ੁਰੂ ਦੇ ਵਿੱਚ ਜਿੱਤਣ ਲੱਗ ਗਿਆ ਸੀ ਯਾਨੀ ਕਿ ਸ਼ੁਰੂਆਤ ਤੋਂ ਜਿੱਤਦੇ ਆ ਰਹੇ ਹਾਂ ਸ਼ੁਰੂਆਤ ਦੇ ਵਿੱਚ ਇੱਕ ਮੇਰੇ ਪਿੰਡ ਦਾ ਰੇਡਰ ਹੁੰਦਾ ਜੀ ਮੇਰਾ ਭਰਾ ਹੈ ਨਾ ਜੀ ਜਿਹਦੇ ਨਾਲ ਸਾਡੀ ਪੂਰੀ ਚੜ੍ਹਾਈ ਹੋਈ ਆ ਉਹਦਾ ਨਾਂ ਹੈ ਪਰਜੀਤ ਜੀ ਉਹ ਪੂਰਾ ਦਾ ਵਧੀਆ ਰੇਡਰ ਜੀ ਉਹ ਰੇਡਰ ਵੀ ਹੀ ਜਾਪੀ ਕਈ ਵਾਰੀ ਜੱਫਾ ਨਹੀਂ ਵੀ ਸਾਤੋਂ ਲੱਗਣਾ ਵਧੀਆ ਮੈਚ ਲੱਗਦੀ ਜਿਵੇਂ ਜਿੰਦਰ ਹੁੰਦਾ ਜੀ ਖੱਟਣਾ ਵਾਲਾ ਜੀ ਮੁੰਡਾ ਜੰਤੀ ਹੁੰਦਾ ਜੀ ਝੋਰਨਾ ਵਾਲਾ ਉਹਨਾਂ ਦੀ ਵਧੀਆ ਵਧੀਆ ਗੇਮ ਸੀ ਉਹਨਾਂ ਨਾਲ ਅੱਧੇ ਅੱਧੇ ਚੱਲ ਰਹੇ ਨੇ ਉਹਨੇ ਫਿਰ ਕਈ ਵਾਰੀ ਆ ਕੇ ਜੱਫਾ ਵੀ ਲਾਉਣਾ ਯਾਨੀ ਕਿ ਸ਼ੁਰੂਆਤ ਦੇ ਵਿੱਚ ਉਹ ਖੇਡਦੇ ਸੀ ਸ਼ੁਰੂਆਤ ਦੇ ਵਿੱਚ ਫਿਰ ਬਾਈ ਵੈਸੇ ਤੱਕ ਮੈਂ ਗੱਲ ਕਰਨੀ ਚਾਹੁੰਦਾ ਬਾਈ ਤੁਹਾਡੇ ਨਾਲ ਤੁਸੀਂ ਪੁਰਾਣੇ ਕਬੱਡੀ ਖਿਡਾਰੀ ਤੁਸੀਂ ਹੋ ਪਿੰਡ ਦੇ ਕਿ ਹੋਰ ਵੀ ਤੁਹਾਡੇ ਤੋਂ ਕੋਈ ਨਹੀਂ ਜਿੱਦਣ ਤੋਂ ਬਾਹਰ ਜਾਣ ਲੱਗਿਆ ਅਤੇ ਉੱਦਣ ਤੋਂ ਮੈਂ ਪੁਰਾਣਾ ਮੈਂ ਆਈ ਉਦੋਂ ਬਾਅਦ ਆਪਣਾ ਭਰਾ ਸੋਦਾ ਕਰਨਜੀਤ ਅਤੇ ਉਦੋਂ ਬਾਅਦ ਫਿਰ ਆਪਣਾ ਕਰਜੀਤ ਬੱਬੂ ਗੁਰਜਿੰਦਰ ਸਾਰੇ ਉਹ ਮੇਰੇ ਫਾਂਤੀ ਉਹਨੇ ਲਾ ਲਏ ਉਹਨੇ ਮਨਜਿੰਦਰ ਉਹ ਸਭ ਮਿੱਤੋਂ ਛੋਟੇ ਨੇ ਮਿੱਤੋਂ ਯਾਨੀ ਕਿ ਤੁਸੀਂ ਸੀਨੀਅਰ ਹੋ ਸਭ ਤੋਂ ਹਾਂ ਜੀ ਅੰਤਰਰਾਸ਼ਟਰੀ ਸਭ ਤੋਂ ਪਹਿਲਾਂ ਤੁਸੀਂ ਹਾਂਜੀ ਹਾਂ ਹਾਂਜੀ ਅਤੇ ਸ਼ੁਰੂਆਤ ਦੇ ਵਿੱਚ ਓਪਨ ਖੇਡਣ ਲੱਗੇ ਉਦੋਂ ਕਿਹੜੇ ਕਿਹੜੇ ਖਿਡਾਰੀ ਹੁੰਦੇ ਤੁਹਾਡੇ ਨਾਲ ਜੀ ਅਤੇ ਸ਼ੁਰੂਆਤ ਵਿੱਚੋਂ ਹੀ ਜਦੋਂ ਮੈਂ 56 ਬਾਹਰ ਖੇਡੀ ਮੈਂ ਪਹਿਲੀ ਵਾਰੀ ਹੈ ਨਾ ਸਾਡੇ ਇੱਥੇ ਮੇਲਾ ਹੋਇਆ ਲਸੋਈ ਉਦੋਂ ਬਾਅਦ ਸਾਡਾ ਜਿਹੜਾ ਜਾਪੀ ਆ ਕਰਨਜੀਤ ਪਰਗਟ ਅਤੇ ਉਦੋਂ ਬਾਅਦ ਸਾਡਾ ਜਾਪੀ ਗੁਰਮੀਤ ਇਹ ਨਵੇਂ ਸੀ ਇਹ ਮਿਹਨਤ ਕਰਦੇ ਸੀ ਇਹਨਾਂ ਦੀ ਮੈਂ ਉਹ ਭਰਤੀ ਐਂਟਰੀ ਓਪਨ ਦੇ ਵਿੱਚ ਇੱਕ ਮੁੰਡਾ ਦੌਦ ਤੋਂ ਸੀ ਉੱਥੋਂ ਸਰਾਉਤ ਤੋਂ ਦੇਵ ਇੱਕ ਆਪਣਾ ਹੋਰ ਤੋਂ ਮੁੰਡਾ ਸਰਾਰਾ ਉਹ ਜਾਪੀ ਸੀ ਹੁਣ ਉਹ ਉਦੋਂ ਰੇਡਾਂ ਪਾਉਂਦਾ ਸੀ ਇਹਨਾਂ ਨੇ ਉਹਨਾਂ ਨੇ ਰੇਡਾਂ ਪਾਈਆਂ ਫਿਰ ਸਾਡਾ ਮੈਚ ਹੋਇਆ ਸੀਵੀ ਫਾਈਨਲ ਸੀਆਂ ਦੌਦ ਦਾ ਫਿਰ ਸਾਡਾ ਸੀਆਂ ਦੌਦ ਨਾਲ ਮੈਚ ਅੱਧੇ ਪੈਣ 'ਤੇ ਹਾਰਦੇ ਉਹਨਾਂ ਨੂੰ ਫਿਰ ਪਹਿਲੀ ਵਾਰੀ ਓਪਨ ਦੇ ਵਿੱਚ ਹਾਂ ਓਪਨ ਦੇ ਵਿੱਚ ਉਸ ਤੋਂ ਤਾਂ ਨਾਮ ਚੱਲਣ ਲੱਗ ਗਿਆ ਹਾਂ ਉਦੋਂ ਤੋਂ ਬਾਅਦ ਸਾਡਾ ਨਾਮ ਚੱਲਣ ਲੱਗ ਗਿਆ ਉਦੋਂ ਤੋਂ ਬਾਅਦ ਦੂਜੇ ਦਿਨ ਤੋਂ ਬਾਅਦ ਫਿਰ ਦੂਏ ਟੂਰਨਾਮੈਂਟ ਤੋਂ ਤੇਜ਼ੀ ਆ ਬਣਿਆ ਜੀ ਤੇਜ਼ੀ ਤੁਹਾਡੇ ਨਾਲ ਖੇਡਿਆ ਹਾਂ ਤੇਜ਼ੀ ਫਿਰ ਉਦੋਂ ਬਾਅਦ ਤੇਜ਼ੀ ਖੇਡਿਆ ਅਤੇ ਤੇਜ਼ੀ 2006 ਦੇ ਵਿੱਚ 5 ਵਿੱਚ ਖੇਡਣ ਲੱਗਿਆ ਤੁਹਾਡੇ ਨਾਲ ਪ੍ਰੋਪਰ ਤੌਰ 'ਤੇ ਅਤੇ ਉਹਨਾਂ ਸਮਿਆਂ ਦੇ ਵਿੱਚ ਫੁੱਲ ਤਕੜੀ ਟੀਮ ਹੋ ਗਈ ਸੀ ਤੁਹਾਡੀ ਹਾਂਜੀ ਜਿਵੇਂ ਸਾਰੇ ਤੁਸੀਂ ਪ੍ਰੋਪਰ ਵਧੀਆ ਖੇਡਦੇ ਸੀਗੇ ਹਾਂਜੀ ਹਾਂਜੀ ਅਤੇ ਇੱਕ ਸੀਜ਼ਨ ਦੇ ਵਿੱਚ ਕਿੰਨੇ ਟੂਰਨਾਮੈਂਟ ਜਿੱਤਦੇ ਸੀਗੇ ਤੁਸੀਂ ਅਤੇ ਜਦ ਜਦ ਤੋਂ ਸਾਡੇ ਨਾਲ ਤੇਜ਼ੀ ਆਇਆ ਜੀ ਉਦੋਂ ਬਾਅਦ ਅਤੇ ਅਸੀਂ ਇੱਧਰ ਮੌਰੀ ਦੀ ਟੀਮ ਹੁੰਦੀ ਗੱਬਰਦਾਈ ਦੀ ਉਹਦੇ ਨਾਲ ਭੂਰਾ ਹੁੰਦਾ ਜੀ ਪੈਨਪੁਰੀ ਵਾਲੇ ਇੱਧਰ ਅਤੇ ਅਸੀਂ ਉਹਨੂੰ ਅੱਧੇ ਅੱਧੇ ਪਹਿਣ 'ਤੇ ਮੈਚ ਹਰਿਆ ਨਹੀਂ ਅਸੀਂ ਮੈਚ ਵੀ ਹਾਰੇ ਛੇਤੀ ਕਿਸੇ ਨੂੰ ਚੰਡੀਗੜ੍ਹ ਏਰੀਏ ਦੇ ਵਿੱਚ ਉਹ ਵੀ ਤੇਜ਼ੀ ਦੇ ਲਾਸਟ ਕੌਡੀ 'ਤੇ ਹਾਰ ਜਿੱਤ ਹੁੰਦੀ ਤੇਜ਼ੀ ਵਿਚਾਰੇ ਜਾ ਵਰਦਾ ਜੀ ਉਹਨੂੰ ਬਥੇਰਾ ਦੱਸਣਾ ਉਹਨਾਂ ਨੇ ਚੱਕ ਕੇ ਬਾਹਰ ਕਰ ਦਿੰਦੇ ਸੀ ਅਤੇ ਉਦੋਂ ਬਾਅਦ 20-20 ਕਬੱਡੀਆਂ ਪਾਈਆਂ ਨੇ ਤੇਜ਼ੀ ਨੂੰ 19-19 ਭੱਜਿਆ 20 ਜੱਫਾ ਲਾ ਲੈਂਦਾ ਸੀ ਹਾਂ ਇੱਦਾਂ ਹੀ ਤੇਜ਼ੀ ਬੜਾ ਤਰ੍ਹਾਂ ਰੇਡਰ ਹੋਇਆ ਵੈਸੇ ਵਧੀਆ ਹੋਇਆ ਸੀ ਤੇਜ਼ੀ ਅਤੇ ਕਿੰਨੇ ਕਿੰਨੇ ਟੂਰਨਾਮੈਂਟ ਜਿੱਤ ਲੈਂਦੇ ਸੀ ਮੈਂ ਫਿਰ ਦੁਬਾਰਾ ਇੱਕ ਹਚਨ ਕਰਨਾ ਚਾਹੁੰਦਾ ਜਿਵੇਂ 100 ਖੇਡਦੇ ਸੀ ਉਹਨਾਂ ਦੇ 100 ਦੇ ਵਿੱਚ ਕਿੰਨੇ ਜਿੱਤਦੇ ਸੀ 100 ਦੇ ਵਿੱਚ 80 ਟੂਰਨਾਮੈਂਟ ਜਿੱਤੇ ਹਾਂ ਜੀ 80 ਅਸੀਂ ਜਿੱਤੇ 80-85 ਦੀ ਔਸਤ ਯਾਨੀ ਕਿ ਰਿਕਾਰਡ ਰਿਹਾ ਹਾਂ ਰਿਕਾਰਡ ਰਿਹਾ ਕਿੰਨੇ ਸਾਲ ਤੂੰ ਤੀ ਬੋਲੀ ਉਹਨਾਂ ਸਮਿਆਂ ਦੇ ਵਿੱਚ ਫਿਰ ਅਤੇ ਸਾਡੀ ਜੀ 2004 ਤੋਂ ਵਿੱਚੋਂ ਮੈਂ ਓਪਨ ਖੇਡਣ ਲੱਗ ਗਿਆ ਜੀ 2006 ਥਾਈ ਅਸੀਂ ਤਾਮਾ ਤਿੱਲਾ ਜਾਣੀ ਮੈਂ ਜਿੱਤੇ ਓਪਨ ਦਾ ਫਿਰ ਜਦ ਤੋਂ ਤੇਜ਼ੀ ਆ ਬਣਿਆ ਨਾ ਫਿਰ ਉਦੋਂ ਬਾਅਦ ਫਿਰ ਨਹਾਉਣਾ ਦੇ ਆਦੇ ਨਾਲ ਭੈਣੀਆਂ ਦਾ ਫਿਰ ਨਹੀਂ ਅਸੀਂ ਕਿਸੇ ਨੂੰ ਜਿੱਤਣ ਦਿੱਤਾ ਫਿਰ ਅਸੀਂ ਪਹਿਲੀਆਂ ਦਿਖਾਉਂਦੀਆਂ ਟੀਮਾਂ ਹਰਾਈਆਂ ਵੀ ਕਿਹੜੀਆਂ ਟੀਮਾਂ ਨਾਲ ਜ਼ਿਆਦਾ ਮੈਚ ਲੱਗਦੇ ਸੀ ਉਦੋਂ ਸਾਡਾ ਮੈਚ ਘਰੋਤੀ ਨਾਲ ਵੀ ਲੱਗਦਾ ਸੀ ਅਤੇ ਇੱਧਰ ਮਨੀ ਸੀ ਮੁੰਡਾ ਘਰੋਵੀ ਵਾਲਾ ਉਹਦੀ ਟੀਮ ਨਾਲ ਵੀ ਲੱਗਦਾ ਜੀ ਇੱਧਰ ਸੀ ਮੁੰਡਾ ਮਨਾਣੇ ਵਾਲਾ ਬੁੱਗਾ ਉਹਦੀ ਟੀਮ ਨਾਲ ਵੀ ਮੈਚ ਲੱਗਦਾ ਜੀ ਮੌਰੀ ਬੈਟਮੈਨ ਨਾਲ ਪੰਮੇ ਸਮਾਣੇ ਨਾਲ ਅਤੇ ਇੱਧਰ ਆਪਣੇ ਦੌਦ ਦੀ ਟੀਮ ਸੀ ਸੁਲਤਾਨ ਉਹਨਾਂ ਦੀ ਇਹਨਾਂ ਨਾਲ ਵੀ ਹੁੰਦੇ ਸੀ ਉਦੋਂ ਕਰਮੀ ਹੁਣੀ ਹੋਏ ਵੱਧਵਾ ਵਾਲੇ ਉਹਨਾਂ ਨਾਲ ਵੀ ਪੂਰਾ ਮੈਚ ਵਧੀਆ ਲੜਦੇ ਜੀ ਉਦੋਂ ਧਿਆਨਾ ਹੁਣੀ ਡਿਰਦੇ ਵਾਲੇ ਸੱਤੀ ਹੁਣੀ ਜਦੋਂ ਸਾਡਾ ਦੇ ਡਿਰਦੇ ਦਾ ਮੈਚ ਹੁੰਦਾ ਜੀ ਲੋਕ ਕੁੱਕਾਂ ਮਾਰਦੇ ਸੀ ਕਹਿੰਦੇ ਵੀ ਹੁਣ ਮੈਚ ਹੋ ਸਾਡਾ ਹਰੇਕ ਟੂਰਨਾਮੈਂਟ ਦੇ ਦੂਜਾ ਜਾਂ ਤੀਜਾ ਮੈਚ ਹੁੰਦਾ ਸੀ ਯਾਨੀ ਕਿ ਪੂਰਾ ਖੜਕਦਾ ਸੀ ਪੂਰਾ ਖੜਕਦਾ ਜਿਹੜੀ ਸਾਡੇ ਵਿੱਚੋਂ ਜਿੱਤਦੀ ਹੁੰਦੀ ਸੀ ਉਹ ਸਿਰੇ ਆਉਂਦੀ ਸੀ ਉਹੀ ਮੋਟਰਸਾਈਕਲ ਲੈ ਕੇ ਆਉਂਦੀ ਉਹੀ ਪਹਿਲਾਂ ਲਾਮ
ਬਾਜੀ ਵਾ ਜਾਨੀ ਕਿ ਜਿਹੜੀ ਨਾ ਮੈਚ ਜਿੱਤ ਗਈ ਜਿਹੜੀ ਟੀਮ ਤੁਹਾਡੀ ਟੀਮਾਂ ਦੇ ਵਿੱਚੋਂ ਸਿਰੇ ਜਾਂਦੀ ਸੀਗੀ ਸਿਰੇ ਜਾਂਦੀ ਸੀ ਹਾਂ ਜੀ ਕਦੇ ਨੋਟ ਕਰਿਆ ਜੀ ਹਾਂਜੀ ਇਹ ਮੈਂ ਨੋਟ ਕੀਤਾ ਬਹੁਤ ਵਾਰੀ ਮੈਂ ਇਹਨਾਂ ਨੂੰ ਦੱਸ ਦਿੰਦਾ ਵੀ ਹੁਣ ਆਪਣਾ ਮੈਚ ਪਾਦਾ ਉਹਨਾਂ ਨੇ ਜੇ ਆਪਾਂ ਜਿੱਤਦੇ ਆਪਾਂ ਸਾਰਾ ਕੁਛ ਲੈ ਜਾਣਾ ਅੱਜ ਮੇਲਾ ਜੇ ਧਿਆਨੀ ਹੋਣੀ ਜੇ ਕਦੇ ਦਿਲ ਦਿਆ ਤਾਂ ਉਹਨਾਂ ਨੇ ਲੈ ਜਾਣਾ ਬਹੁਤ ਮੇਲੇ ਲੁੱਟਿਆ ਤੁਸੀਂ ਹਾਂਜੀ ਉਹਨਾਂ ਨਾਲ ਹਾਂਜੀ ਅਸੀਂ ਯੂਟਿਊਬ ਤੇ ਅੱਜ ਵੀ ਸਰਚ ਮਾਰ ਲਈਏ ਉਦੋਂ ਤਾਂ ਜਿਵੇਂ ਸ਼ੁਰੂਆਤ ਦੇ ਵਿੱਚ ਤਾਂ ਯੂਟਿਊਬ ਹੈ ਨਹੀਂ ਸੀ ਇੰਨਾ ਤੇ ਲਾਈਵ ਹੈ ਨਹੀਂ ਸੀ 12-13 ਤੋਂ ਬਾਅਦ ਤਾਂ ਸਰਚ ਮਾਰੀਏ ਬਹੁਤ ਟੂਰਨਾਮੈਂਟ ਜਿੱਤੇ ਅਣਗਿਣਤ ਜਿੱਤੇ ਆ ਇਹ ਯੂਟਿਊਬ ਤੇ ਵੀ ਦੇਖ ਸਕਦੇ ਹਾਂ ਆਪਾਂ ਹਾਂਜੀ ਉਦੋਂ ਹੁੰਦੀ ਨਹੀਂ ਸੀ ਸੁਣ ਮੈਂ ਅੱਜ ਤੋਂ ਜੀ ਪੁਰਾਣੀ ਗੱਲ ਰਾਦਾਂ 2012-13 ਦੀ ਜੀ ਗੱਲ ਰਾਦਾਂ ਇੱਧਰ ਮਾਸੂਗੜ੍ਹ ਤੋਂ ਸੇਰੀਆਂ ਮੈਚ ਹੁੰਦਾ ਹੁੰਦਾ ਫਰਵਰੀ ਦੇ ਮਹੀਨੇ ਪੱਕਾ ਹੀ 22-23 ਦਾ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ ਜੀ ਉਹ ਕਲੱਬ ਨਾਲ ਉਹਨਾਂ ਨੇ ਜੀ ਉਹਨਾਂ ਨੇ ਆਪਣੇ ਖਾਤਰ ਬਹੁਤ ਧਰਤਾ ਉਹ ਕਹਿੰਦੇ ਵੀ ਕੌਣ ਜਿੱਤੂ ਅਤੇ ਦੂਜਾ ਨਾਮ ਹੀਰੋ ਹੁੰਦਾ ਉਹਨਾਂ ਨੂੰ ਮੈਂ ਕਹਿੰਦਾ ਜੀ ਮੈਂ ਕਿਹਾ ਵੀ ਮੇਰੀ ਇੰਨੀ ਪਿਆਰੀ ਆ ਵੀ ਬੋਲਟ ਮੋਟਰਸਾਈਕਲ ਅਸੀਂ ਜਿੱਤ ਕੇ ਲੈ ਕੇ ਜਾਣਾ ਤਾਂ ਫਿਰ ਜਿੱਤਿਆ ਵੀ ਇੱਕ ਬੋਲਟ ਜਿੱਤਿਆ ਸੀ ਇੱਕ ਬੋਲਟ ਨਾਮ ਦੇ ਵਿੱਚ ਸੀ ਅਤੇ ਦੂਜਾ ਨਾਮ 'ਚ ਹੀਰੋ ਹੁੰਦਾ ਜੀ ਉਹ ਦਿੱਤੇ ਮੁੰਡੇ ਬਿੱਲੇ ਹੁਣੀ ਗਗੜਿਆਰੇ ਉਹਨਾਂ ਦੀ ਵੀ ਟੀਮ ਬਹੁਤ ਵਧੀਆ ਜੀ ਬਿੱਲੇ ਗਗੜਿਆਰੇ ਹਾਂ ਜੀ ਉਹਨਾਂ ਦੀ ਉਹਨਾਂ ਨੇ ਵੀ ਪੂਰੀ ਟੀਮ ਵਧੀਆ ਜੀ ਪਰ ਆਪਾਂ ਦੀ ਟੀਮ ਇੰਨੀ ਵਧੀਆ ਜੀ ਕਰਨਜੀਤ ਸੀ ਮੇਰੇ ਨਾਲ ਜਾਪੀ ਅਤੇ ਮੈਂ ਸੀ ਅਤੇ ਨੋਨਾ ਸੀ ਅਤੇ ਇੱਕ ਮੁੰਡਾ ਲੱਲਾ ਵਾ ਰਣਜੀਤ ਅਸੀਂ ਅਸੀਂ ਇੰਨੀ ਅਸੀਂ ਜੱਫੇ ਇੰਨੇ ਪਾਏ 4-4 ਰੇਡਾਂ ਜੀ ਅਸੀਂ 25 ਜੱਫੇ ਪਾਏ ਤੁਹਾਡੇ ਨਾਲ ਬਾਹਰੋਂ ਕਿਹੜੇ ਜਾਫੀ ਜ਼ਿਆਦਾ ਖੇਡਦੇ ਸੀ ਜਾਂ ਕਿਹੜੇ ਰੇਡਰ ਜ਼ਿਆਦਾ ਖੇਡਦੇ ਸੀ ਅਤੇ ਮੇਰੇ ਨਾਲ ਜੀ ਮੁੰਡਾ ਸਿੰਧਾ ਆਪਣਾ ਸੀਰੇ ਦਾ ਭਰਾ ਚਾਚੇ ਦਾ ਮੁੰਡਾ ਬੋਪਾ ਰਹਿਦਾ ਉਹ ਜ਼ਿਆਦਾ ਖੇਡਿਆ ਜੀ ਜਾਂ ਮੇਰੇ ਨਾਲ ਨੂਨਾ ਭੈਣੀਆਂ ਦਾ ਨਵਿਆਂ ਦੇ ਵਿੱਚੋਂ ਹਾਂ ਜੀ ਨਵੇਂ ਪੁਰਾਣਿਆਂ ਦੇ ਵਿੱਚੋਂ ਕਿਹੜੇ ਖੇਡਦੇ ਸੀ ਪੁਰਾਣਿਆਂ ਦੇ ਵਿੱਚ ਮੈਂ ਅਤੇ ਆਪਣਾ ਜੀ ਆਹ ਮੁੰਡਾ ਬੇਰਾ ਦਾ ਕਾਲਾ ਵੀ ਖੇਡਿਆ ਮਨਜੀਤ ਵੀ ਖੇਡਿਆ ਇੱਥੋਂ ਤੇਜੀ ਦੀ ਇਹਨਾਂ ਨਾਲ ਵੀ ਭਾਈ ਬੰਦੀ ਚੰਗੀ ਸੀ ਮਨਜੀਤ ਸਿਓੜਾ ਮਨਜੀਤ ਸਿਓੜੇ ਨਾਲ ਅਤੇ ਆਪਣੇ ਮੁੰਡਾ ਬੇਰ ਕਾਲਾ ਉਹਦੇ ਨਾਲ ਉਹ ਵੀ ਖੇਡਿਆ ਜੀ ਅਤੇ ਸੁਲਤਾਨ ਸ਼ੀਹਾਂ ਦਾ ਉਹਦੇ ਵੀ ਕਾਫੀ ਮੈਚ ਖੇਡਿਆ ਸੀ ਵੀ ਸਰਚ ਕਰਿਆ ਉਹਦੇ ਬਾਰੇ ਅਤੇ ਸੁਲਤਾਨ ਵੀ ਮੇਰੇ ਨਾਲ ਮੈਚ ਖੇਡਿਆ ਜੀ ਬਹੁਤ ਜ਼ਿਆਦਾ ਪਿੰਡ ਪੱਧਰ ਦੇ ਅਤੇ ਉਦੋਂ ਬਾਅਦ ਮੁੰਡਾ ਬਿੰਦਰ ਦਾ ਮੁੰਡਾ ਸ਼ੀਹਾਂ ਦਾ ਉਦੋਂ ਸੁਲਤਾਨ ਦਾ ਜਾਪੀ ਉਹ ਵੀ ਖੇਡਿਆ ਜੀ ਮੇਰੇ ਨਾਲ ਜੀ ਜੀ ਮੈਚ ਜਾਣੀ ਜਿੰਨੇ ਏਰੀਏ ਦੇ ਪਲੇਅਰ ਨੇ ਸਾਰੇ ਹੀ ਖੇਡੇ ਨੇ ਜੀ ਮੇਰੇ ਨਾਲ ਆਪਣਾ ਮੁੰਡਾ ਬਿੱਲਾ ਘਰੋਟੀਆ ਦਾ ਉਹ ਵੀ ਖੇਡਿਆ ਜੀ ਮੇਰੇ ਨਾਲ ਅਤੇ ਇੱਕ ਮੁੰਡਾ ਆਪਣਾ ਸੋਨੀਆ ਢੋਡਿਆ ਵਾ ਉਹ ਮੇਰੇ ਨਾਲ ਬਹੁਤ ਮੈਚ ਖੇਡਿਆ ਕਿਹੜਾ ਇਲਾਕਾ ਜ਼ਿਆਦਾ ਖੇਡਦੇ ਤੁਸੀਂ ਅਤੇ ਮੈਂ ਵੱਧ ਰਾਤਾਂ ਇੱਧਰ ਨੂੰ ਚੰਡੀਗੜ੍ਹ ਇਲਾਕਾ ਵੱਧ ਖੇਡਿਆ ਜੀ ਕਿਉਂ ਜੀ ਕੀ ਕਾਰਨ ਉੱਧਰ ਜੀ ਜਿੰਨੇ ਉਹ ਡੀਲਰ ਨੇ ਉਹ ਸਾਰੇ ਮੇਰੇ ਭਰਾ ਨੇ ਜੀ ਕਾਲਾ ਬਣਾਉਂਦੀ ਮਿੰਟੂ ਬਣਾਉਂਦੀ ਘੋਲੂ ਬੱਲੋ ਮਾਜਰਾ ਦਾ ਸਿੰਧੀ ਜੱਸੀ ਜੀ ਜੱਸੀ ਬੱਲੋ ਮਾਜਰਾ ਹਾਂ ਬੱਲੋ ਮਾਜਰਾ ਉਹਨਾਂ ਨਾਲ ਮੇਰਾ ਜ਼ਿਆਦਾ ਵੱਧ ਪਿਆ ਸੀ ਉਦੋਂ ਬਾਅਦ ਜਦੋਂ ਉਦੋਂ ਬਾਅਦ ਆਪਣਾ ਨੌਸਰਾ ਸੁਰਜੀਤ ਜੀਤਾ ਜੀ ਉਹ ਭਰਾ ਸੀ ਉਹਨੇ ਮੈਨੂੰ ਕਹਿਣਾ ਤੈਨੂੰ ਖੇਡਣਾ ਉਹਨੇ ਕਹਿਣਾ ਉਹਦੇ ਨੂੰ ਅੱਜ ਥਾਈ ਇੱਦਾਂ ਵੀ ਕਿਹਾ ਜੀ ਵੀ ਮੈਂ ਇੰਨੇ ਪੈਸੇ ਲੈ ਖੇਡਣਾ ਇੰਨੇ ਉਹਨੇ ਕਹਿਣਾ ਆ ਜਾ ਮਾਪੀ ਤੇਰਾ ਭੰਗੜਾ ਕਰ ਦੂੰ ਜਦੋਂ ਮੈਂ ਜੱਫੇ ਲਾਵੇ ਉਵੇਂ ਮੈਨੂੰ ਕਹਿੰਦੇ ਪੈਸੇ ਲਵਾ ਦੇਵੇ ਵੀ ਜੱਫਾ ਲਾ ਦੇ ਜਾਣਾ ਭੰਗੜਾ ਪਾ ਦੇ ਚੱਕ 5,000 ਜੱਫੇ ਦਾ ਚੱਕ ਦਾ ਉੱਧਰ ਕਿਉਂਕਿ ਰਿਚ ਆ ਥੋੜੇ ਜਿਹੇ ਲੋਕ ਅਮੀਰ ਆ ਕਬੱਡੀ ਤੇ ਥੋੜੇ ਚੰਡੀਗੜ੍ਹ ਏਰੀਆ ਹੋਣ ਕਰਕੇ ਥੋੜਾ ਪੈਸਾ ਜ਼ਿਆਦਾ ਇਹ ਵੀ ਕਾਰਨ ਸੀ ਜ਼ਿਆਦਾ ਉੱਧਰ ਖੇਡਦੇ ਹਾਂਜੀ ਹਾਂਜੀ ਇੱਕ ਸਾਡੇ ਜਦੋਂ ਪ੍ਰੇਅਰ ਅਸੀਂ ਸਾਰੇ ਪ੍ਰੇਅਰ ਘਰੋਂ ਪਹਿਲਾਂ ਠੀਕ ਠਾਕ ਸੀ ਜੀ ਉਦੋਂ ਸਾਡੇ ਬਾਪੂ ਜਾਂ ਮੰਮੀ ਹੋਈ ਆ ਪੈਸੇ ਘੱਟ ਦਿੰਦੇ ਬਈ ਉਹਦੇ ਕਰਕੇ ਮੈਨੂੰ ਹੁਣ ਪ੍ਰੇਅਰਾਂ ਦੀ ਸਾਡੇ ਬਾਰੇ ਪਤਾ ਸੀ ਜੀ ਵੀ ਸਾਡੇ ਪ੍ਰੇਅਰਾਂ ਨੂੰ ਵੀ ਹਨਾ ਥੋੜ੍ਹਾ ਤਾਂ ਕੰਮ ਠੀਕ ਆ ਵੀ ਇਹਨਾਂ ਨੂੰ ਕਹਾਂ ਕਿਵੇਂ ਚੱਕਣਾ ਤੇਜੀ ਨੂੰ ਕਰਨਜੀਤ ਨੂੰ ਬੱਬੂ ਨੂੰ ਸਾਰਿਆਂ ਨੂੰ ਫਿਰ ਮੈਨੂੰ ਪਤਾ ਸੀ ਮੈਂ ਉੱਧਰ ਨੂੰ ਭੇਤੀ ਸੀ ਮੇਰੇ ਲਿੰਕ ਵੱਧ ਸੀ ਸ਼ੁਰੂ ਤੋਂ ਮੈਂ ਉੱਧਰ ਖੇਡਿਆ ਫਿਰ ਉਹਦੇ ਕਰਕੇ ਹੀ ਮੈਂ ਉੱਧਰ ਨੂੰ ਜ਼ਿਆਦਾ ਖੇਡਿਆ ਉਹਦੇ ਕਰਕੇ ਵਾਧਾ ਸੀ ਟੀਮ ਉੱਧਰ ਹੀ ਖੇਡਿਆ ਮੈਚ ਅਤੇ ਤੁਹਾਡੇ ਪਿੰਡ ਦੀ ਟੀਮ ਬਣਦੀ ਸੀ ਟੀਮ ਨੂੰ ਬਣਾਉਂਦਾ ਕੌਣ ਸੀਗਾ ਪ੍ਰੋਪਰ ਤੌਰ 'ਤੇ ਟੀਮ ਨੂੰ ਮੈਂ ਹੀ ਬਣਾਉਂਦਾ ਜੀ ਪੂਰੀ ਜ਼ਿੰਮੇਵਾਰੀ ਤੁਹਾਡੀ ਹਾਂਜੀ ਹਾਂਜੀ 15 ਸਾਲ ਮੈਂ ਟੀਮ ਪੂਰੀ ਬਣਾਉਂਦਾ ਰਿਹਾ ਚੋਟੀ ਦੀ ਟੀਮ ਬਣਾਈ ਜੀ ਅਤੇ ਕਦੇ ਟੀਮ ਵਾਲਿਆਂ ਨਾਲ ਫਰਕ ਤਾਂ ਨਹੀਂ ਪਿਆ ਨਾ ਨਹੀਂ ਜੀ ਉਹ ਆਪ ਮੰਨਦੇ ਸੀ ਸਾਰੀ ਗੱਲ ਹਾਂ ਸਾਰੀ ਮੰਨਦਾ ਜੀ ਕਰਨਜੀਤ ਆਈ ਪੂਰੀ ਆਪਣੀ ਹੁਣ ਵੀ ਭਰਾ ਆਪਣੀ ਹੁਣ ਵੀ ਬੱਬੂ ਕਰਨਜੀਤ ਅਤੇ ਦੂਜਾ ਸੂਦਾ ਗਿਆਨੀ ਜੀ ਫਾਂਤੀ ਲਾਰਾ ਆਪਣੀ ਮੁੰਡੇ ਮਨਜਿੰਦਰ ਹੋਣੀ ਗੁਰਮੀਤ ਹੋਣੀ ਸਾਰੀ ਪਰਦੇ ਤੋਂ ਪੂਰੀ ਮੰਨਦੇ ਨਹੀਂ ਆਪਣੀ ਅਤੇ ਤੁਸੀਂ ਬਠਿੰਡਾ ਮਾਨਸਾ ਇਸ ਸਾਈਡ ਕਿਉਂ ਘੱਟ ਖੇਡੇ ਹੋ ਇੱਧਰ ਨੂੰ ਜੀ ਥੋੜ੍ਹਾ ਤਾਂ ਨਾਮ ਘੱਟ ਹੁੰਦਾ ਸੀ ਅਤੇ ਇਹ ਟੀਮਾਂ ਜ਼ਿਆਦਾ ਹੁੰਦੀਆਂ ਜੀ ਵੈਸੇ ਮਾਨਸਾ ਅਤੇ ਸਲਾਮ ਵੱਲ ਭਗਵੰਤ ਮਾਨ ਦੇ ਪਿੰਡ ਸਕੋਜ ਵੀ ਖੇਡਿਆ ਮੈਂ ਆਪਣੇ ਸਾਜਰ ਸਾਜਰੀ ਵੀ ਖੇਡਿਆ ਖੇਡੇ ਜ਼ਰੂਰ ਆਈ ਸ਼ੁਰੂ ਬਾਅਦ ਵਿੱਚ ਖੇਡਿਆ ਜਦੋਂ ਤੇਜੀ ਉੱਠੇ ਆਈ ਆ ਨਾਮ ਥੋੜ੍ਹਾ ਹੁੰਦਾ ਜੀ ਨਾਮ ਉਦੋਂ 9-10 ਹਜ਼ਾਰ ਹੁੰਦਾ ਜੀ ਯਾਨੀ ਕਿ ਉੱਧਰ ਨਾਮ ਘੱਟ ਹੁੰਦਾ ਸੀ ਨਾਮ ਹੁੰਦਾ ਜੀ ਇੱਧਰ ਹੁੰਦਾ ਜੀ 51-31 ਇੱਧਰ ਪਤਾ ਹੁੰਦਾ ਜੀ ਵੀ ਇੱਕ ਟੀਮ ਆ ਮੌਰੀ ਦੀ ਗੱਬਰ ਦੀ ਜੇ ਜਿਹਨਾਂ ਪਹਿਲਾਂ ਮੈਚ ਪੈ ਜਾਂਦਾ ਜੀ ਜਾਂ ਦੂਜਾ ਪੈ ਜਾਂਦਾ ਜੀ ਤਾਂ ਹਾਰ ਜਾਂਦੇ ਜੀ ਨਹੀਂ ਆਉਂਦਾ ਫਾਈਨਲ ਮੈਚ ਹੀ ਉਹਨਾਂ ਨੂੰ ਹੁੰਦਾ ਹੁੰਦਾ ਜੀ ਅਤੇ ਫਿਰ ਯਾਦਗਾਰੀ ਮੈਚ ਕਿਹੜੇ ਕਿਹੜੇ ਤੁਹਾਡੇ ਪਿੰਡ ਵਰਗ ਦੇ ਜੀ ਵਿੱਚ ਮੈਚ ਇਹੋ ਜਿਹੇ ਨਹੀਂ ਕਈ ਵਾਰੀ ਮੈਂ ਹਨਾ ਸਾਡੇ ਕਰਨਜੀਤ ਨੂੰ ਉਹਨਾਂ ਤੋਂ ਵੀ ਹਨਾ ਆਪਣੇ 2014 'ਚ ਨਰੌਦ ਰੋਵੀਆਂ ਮੈਚ ਹੋਇਆ ਦਿਲ ਦੇ ਨਾਲ ਮੈਚ ਚੱਲਦਾ ਜੀ
ਅਤੇ ਆਪਣਾ ਮੁੰਡਾ ਪਾਉਂਦਾ ਜੀ ਆਹ ਹੈਪੀ ਸ਼ੈਂਪਰੀਆ ਦਾ ਕਬੱਡੀ ਇੱਕ ਮੌਲਾ ਯੂ ਐੱਸ ਏ ਵਾਲਾ ਜੀ ਜੀ ਇੱਕ ਉਹਨਾਂ ਦੇ ਪਿੰਡ ਵਾਲਾ ਰਾਜੋਦ 17-17 ਕਬੱਡੀਆਂ ਪੈਦੀਆਂ ਜੀ ਪਹਿਲੀ ਕਬੱਡੀ ਸਾਡੀ ਸੀ ਸਾਡੇ 'ਚ ਪਾਉਂਦਾ ਜੀ ਬੱਬੂ ਅਤੇ ਸਾਡਾ ਮੁੰਡਾ ਛੋਟਾ ਦਿਆਨੀ ਅਤੇ ਇੱਕ ਮੰਨਾ ਪਾਉਂਦਾ ਜੀ ਅਸੀਂ ਵਾਲਾ ਕਬੱਡੀ ਸਾਡੇ ਵੱਲੋਂ ਜੀ ਅਤੇ ਨਾ ਉੱਧਰ ਜੱਫਾ ਨਾ ਉੱਧਰ ਵੀਹ ਰੇਡਾਂ ਜੀ ਉਦੋਂ ਬਾਅਦ ਮੈਂ ਇੰਨਾ ਹੋ ਗਿਆ ਵੀ ਮੈਂ ਕਰਦਾ ਉਹ ਤਾਂ ਨਹੀਂ ਮੈਂ ਘੱਟੇ ਨਾਲ ਜਾ ਸਕਦਾ ਉਦੋਂ ਬਾਅਦ ਆਪਣਾ ਮੁੰਡਾ ਰਾਜ ਆਇਆ ਉਦੋਂ ਬਾਅਦ ਮੈਂ ਉਹਨੂੰ ਫੜ ਲਿਆ ਖੁੱਲ੍ਹਾ ਹੀ ਲੜ ਕੇ ਮੈਂ ਜਿਵੇਂ ਫੜਦਾ ਹੀ ਮੈਂ ਫੜ ਲਿਆ ਉਦੋਂ ਬਾਅਦ ਗੁਰਪ੍ਰੀਤ ਕਮੈਂਟਰੀ ਕਰਦਾ ਜੀ ਆਪਣਾ ਭਰਾ ਬੇਰਾ ਉਹ ਮੈਨੂੰ ਕਹਿੰਦਾ ਵੀ ਭੰਗਣਾ ਨਾ ਬਾਹ ਅਰੇ ਮੇਲਾ ਬਹੁਤ ਦੂਰ ਆ ਮੈਂ ਕੋਈ ਨਾ ਦੁਬਾਰੇ ਫੇਰ ਕਬੱਡੀ ਆਈ ਮੈਂ ਦੁਬਾਰੇ ਫੇਰ ਫੜ ਲਾ ਜਾਨੂੰ ਰੈਪਰੀ ਨੇ ਸੀਟੀ ਮਾਰਤੀ ਵੀ ਮੈਂ ਖਤਮ ਹੋ ਗਿਆ ਉਹ ਮੈਂ ਹੱਥ ਸੇਕਿਆ ਮਾਰਿਆ ਚੱਕ ਮੇਲਾ ਤਲਕਾ ਖਤਮ ਕਬੱਡੀ ਪਾ ਤੇ ਵੀ ਜਿਤਾਇਆ ਜੀ ਫਿਰ ਆਈ ਇੱਥੇ 8 ਸੈਂਟਰ ਦੇ ਵਿੱਚ ਚੰਡੀਗੜ੍ਹ ਮੈਚ ਸੀ ਸਾਡਾ ਚੂੜਾ ਸਾਹਿਬ ਦੀ ਟੀਮ ਨਾਲ ਸੀ ਸੋਮਨ ਨੀ ਹੈਗਾ ਜੀ ਹੋਰ ਸਾਰੇ ਸੀ ਉਹਦੇ ਪਿੰਡ ਦੀ ਟੀਮ ਸੀ ਤੇ ਉਦੋਂ ਬਾਅਦ ਸਾਡੇ ਨਾਲ ਬਿੱਲਾ ਖੇਡਦਾ ਜੀ ਖੁੱਡਿਆਲਾ ਅਤੇ ਇੱਕ ਮੁੰਡਾ ਜੀ ਉਹ ਸਿੰਮਾ ਸੀ ਉਹ ਵੀ ਹਰੀ ਸੇਰਾ ਦਾ ਉਹ ਖੇਡਦਾ ਜੀ ਜਾਪੀ ਅਤੇ ਬਾਕੀ ਬੱਬੂ ਹੀ ਜੀ ਉਦੋਂ ਬਾਅਦ ਮੈਚ ਫੜਦੇ ਉਦੋਂ ਬਾਅਦ ਜੱਫੇ ਜੱਫਿਆਂ ਦੀ ਤਾਂ ਮੈਂ ਚੱਲਦਾ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਦੇ ਕਬੱਡੀ ਬਾਤੇ ਅਤੇ ਮੈਂ ਇੱਕ ਕਬੱਡੀ ਪਾਈ ਉਹ 'ਤੇ ਹਾਰ ਜਿੱਤ ਗਈ ਉਦੋਂ ਬਾਅਦ 2500 ਲਾਦਾ ਜੀ ਆਪਣੇ ਮੇਰੇ ਰੇਟ 'ਤੇ ਆਪਣੇ ਵੀਰ ਨੇ ਸੁਰਜੀਤ ਨੇ ਜਿੱਤੇ ਨੇ ਉਦੋਂ ਬਾਅਦ ਹੱਥ ਲਾਦਾ ਲਾਉਂਦਾ ਜਦੋਂ ਮੈਨੂੰ ਉਹ ਤਾਂ ਵੀ ਮਾੜਾ ਤੂੰ ਭੰਗੜਾ ਵਾ ਜਿਵੇਂ ਖਾਜੀ ਨੱਚ ਰਹੀ ਤਾਂ ਆਪਣਾ ਭਰਖਾ ਸਟਾਰ ਨੱਚ ਰਹੀ ਮੈਂ ਮਾੜਾ ਟੈਰਸ਼ਨ ਕਰਤਾ ਮੈਨੂੰ 9200 ਰੁਪਇਆ ਬਣ ਗਿਆ ਜੀ ਯਾਨੀ ਕਿ 2500 ਲੱਗਿਆ 9200 ਰੁਪਇਆ ਮੈਨੂੰ ਆਉਂਦੇ ਆਉਂਦੇ ਅਤੇ 1-30 ਸਟੈਂਟ ਦੇ ਵਿੱਚ ਵਿੱਚ ਹੱਥ ਲਾਉਂਦੇ ਲਾਉਂਦੇ ਲੱਗ ਗਿਆ ਮੱਕੜ ਜੀ ਇੱਕ ਮੈਚ ਦੇ ਵਿੱਚ ਤੁਸੀਂ ਕਿੰਨੇ ਕਿੰਨੇ ਜੱਫੇ ਲਾ ਦਿੰਦੇ ਸੀ ਅਤੇ ਮੇਰੇ ਜ਼ਿਆਦਾ ਜੀ ਅਤੇ ਮੈਂ 2008 ਦੇ ਵਿੱਚ ਇੰਨਾ ਤਗੜਾ ਹੋ ਗਿਆ ਸੀ ਉਦੋਂ ਬਾਅਦ ਸਾਡਾ ਕਰਨਜੀਤ ਵੀ ਅਕੈਡਮੀ 'ਚ ਚੜਿਆ ਰਿਹਾ ਗੁਰਮੀਤ ਵੀ ਸਾਰਾ ਸਾਹਿਬ 'ਚ ਚੜੇ ਰਿਹਾ ਉਦੋਂ ਬਾਅਦ ਬੱਬੂ ਅਤੇ ਛੋਟਾ ਬਿਆਨੀ ਸੀ ਰੇਡਰ ਇਹ ਰਹਿ ਦੇ ਇੱਕ ਮੈਂ ਰਹਿ ਗਿਆ ਉਦੋਂ ਬਾਅਦ ਮੈਂ ਅਕੈਡਮੀ ਹਜੇ ਗਿਆ ਸੀ ਉਦੋਂ ਬਾਅਦ ਜੀ ਉਦੋਂ ਬਾਅਦ ਮੇਰੇ ਨਾਲ ਇਹ ਮੁੰਡੇ ਨਿੰਦੀ ਹੋਣੀ ਸੀ ਉਹ ਨਿਆਣੇ ਸੀ ਉਦੋਂ ਬਾਅਦ ਇਹਨਾਂ ਨੂੰ ਮੈਂ ਇਕੱਲਿਆ ਇਹਨਾਂ ਨੂੰ ਮੈਂ ਕਿਹਾ ਵੀ ਜੇ ਤੁਸੀਂ 2 ਫੜੋਗੇ ਮੈਂ 4 ਲਾ ਦੂੰਗਾ ਫਿਰ ਮੈਂ ਇਹਨਾਂ ਨਾਲ ਬਹੁਤ ਮੈਚ ਖੇਡਿਆ ਮੇਰੇ ਯਾਦ ਆਈ ਮੈਚ 'ਤੇ ਨਾ ਨਾ ਰੌਂਪਰ ਮੈਚ ਹੋਇਆ ਆਪਣੇ ਆਹ ਦਰਾਹੇਪੁਰ ਰੌਂਪਰ ਬਹਿੰਦਾ ਪਹਿਲਾਂ ਹੋਇਆ ਪਿੰਡ ਵੜ ਦਾ ਪਹਿਲਾਂ ਸ਼ੀਆਂ ਦੌਰ ਦੀ ਟੀਮ ਹੋਈ ਦੇਵ ਹੋਣੀ ਸੁਲਤਾਨ ਹੋਣੀ ਅਤੇ ਫਾਈਨਲ ਮੈਚ ਦੇ ਵਿੱਚ ਫਿਰ ਸੁਲਤਾਨ ਆ ਗਿਆ ਬਾਜ ਆਰ ਉੱਪਰ ਦੇ ਵਿੱਚ ਹੀ ਇਸ ਬਾਜੀ ਨਾ ਆ ਗਿਆ ਬਾਜੀ ਨਾਲ ਖਰੀਦਿਆ ਵਾ ਸਰਦੀ ਸੁਲਤਾਨ ਮੇਰੇ ਨਾਲ ਸੋਨ ਰੁਕੀ ਆਰ ਉੱਪਰ ਦੇ ਵਿੱਚ ਅਤੇ ਮੁੰਡਾ ਸੰਦੀਪ ਹਕੀਮਪੁਰੀਆ ਰੇਡਰ ਅਤੇ ਬੱਬੂ ਅਤੇ ਕਾਲਾ ਛੋਟਾ ਬਿਆਨੀ ਅਤੇ ਉਦੋਂ ਬਾਅਦ ਇਹੀ ਸਾਡਾ ਫਾਈਨਲ ਮੈਚ ਚੱਲਿਆ ਉਦੋਂ ਬਾਅਦ ਸੋਨ ਅਤੇ ਮੈਂ ਸੁਲਤਾਨ ਨੂੰ ਅਤੇ ਉਹਦੇ ਪਿੰਡ ਵਾਲੇ ਦਿੱਲੀ ਨੂੰ ਬਾਜੀ ਦੇ ਪਿੰਡ ਵਾਲਿਆਂ ਨੂੰ ਬਹੁਤ ਜੱਫੇ ਲਾਏ ਇੱਧਰੋਂ ਬਾਜੀ ਅਤੇ ਸਰਬੀ ਨੇ ਇਹਨਾਂ ਨੂੰ ਅਸੀਂ ਇੱਕ ਅਸੀਂ 2 ਜੱਫੇ ਲਾਏ ਜੀ ਬਹੁਤ ਕਰਦਾ ਮੈਂ ਲੱਗਿਆ ਜੀ ਯਾਨੀ ਕਿ ਕਾਫੀ ਮੈਚ ਅਤੇ 7-8 ਅਤੇ ਜੱਫੇ ਲਾ ਲੈਂਦਾ ਜੀ ਮੈਂ ਇੱਕ ਮੈਚ ਦੇ ਵਿੱਚ ਅਤੇ ਇੱਕ ਮੈਚ ਮੇਰੇ ਹੋਰ ਜ਼ਿਆਦਾ ਜੀ ਇਹ ਬੇਗੂਵਾਲ ਹੋਇਆ ਦਰਾਹੇਦੋਰ ਅਤੇ ਸਾਡੇ ਮੁੰਡੇ ਜੀ ਇਹ ਇਹਨਾਂ ਤੋਂ ਗਿਆ ਮੈਂ 22 ਤੋਂ ਉੱਥੇ ਧਰੌਲੇ ਰਾਤ ਨੂੰ ਗੱਡੀ ਲੈ ਕੇ ਸਾਡਾ ਮੈਚ ਸੀ ਘਰੂਤੀ ਨਾਲ ਘਰੂਤੀ ਨਾਲ ਸਾਡਾ ਪੂਰਾ ਕਾਟਾ ਮੈਚ ਲੱਗਦਾ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਜੀ ਮੈਨੂੰ 2 ਪਲੇਅਰ ਮੇਰੇ ਇਹ ਵੀ ਦੇ ਦਿਓ ਜੀ ਤੁਹਾਨੂੰ ਪਿੰਡ ਪੱਧਰ ਦਾ ਮੈਚ ਆ ਵੀ ਗੁਰਮੀਤ ਅਤੇ ਆਪਣਾ ਕਰਨਜੀਤ ਬਿਆਨੀ ਉਹ ਆਪਣਾ 22 ਸਟਾਰ ਕਹਿੰਦਾ ਉਹ ਜਗਤਾਰ ਧਰੌਲਾ ਉਹ ਕਹਿੰਦਾ ਵੀ ਸਾਡਾ ਅਕੈਡਮੀ ਦਾ ਮੈਚ ਆ ਵੀ ਮੈਂ ਦੇ ਨਹੀਂ ਸਕਦਾ ਚਰਬਾਬ ਸਾਹਿਬ ਮੈਚ ਸੀ ਜੀ ਅਕੈਡਮੀ ਦਾ ਉਦੋਂ ਸਾਡਾ ਸਾਡਾ 20-20 ਰੇਡਾਂ 30-30 ਦਾ ਬੰਨਿਆ ਹੋਇਆ ਸੀ ਮੈਚ ਘਰੂਤੀ ਨਾਲ 6ਵੀਂ ਫਾਈਨਲ ਮੈਚ ਉਹ ਜਦੋਂ ਨਾ ਮੰਨੇ ਮੈਂ ਇਹਨਾਂ ਨੂੰ ਕਿਹਾ ਬੱਬੂ ਉਹਨਾਂ ਨੂੰ ਮੈਂ ਕਿਹਾ ਵੀ ਕੋਈ ਨਾ ਜਿੰਨੇ ਤੁਸੀਂ ਜੱਫੇ ਪਾਵੋਗੇ ਨਾ ਉਹਨੇ ਇਕੱਲੇ ਹੀ ਪਾ ਦਿਓ ਉਦੋਂ ਬਾਅਦ ਸਾਡਾ ਗਿਆਨੀ ਛੋਟਾ ਇਕੱਲੇ ਹੀ ਰੇਡਾਂ ਪਾਉਣ ਲੱਗ ਪਿਆ 30-30 ਰੇਡਾਂ ਜੀ ਮੇਰੇ ਜ਼ਿਆਦਾ ਬੱਬੂ ਮੇਰੇ ਨਾਲ ਫਾਰਮ 'ਤੇ ਆਉਣਾ ਅਸੀਂ ਇੰਨੇ ਜੱਫੇ ਲਾਏ ਮੈਂ ਅਤੇ ਬੱਬੂ ਨੇ ਬਹੁਤ ਜ਼ਿਆਦਾ 30 ਰੇਡਾਂ ਦੇ ਵਿੱਚ 15 ਜੱਫੇ ਲਾਏ ਦੋਨਾਂ ਭਾਅ ਜੀ ਬਹੁਤ ਜੱਫੇ ਅਤੇ ਫਿਰ ਅਕੈਡਮੀਆਂ ਦੀ ਸ਼ੁਰੂਆਤ ਕਿਸ ਸੰਨ ਦੇ ਵਿੱਚ ਕਰੀ ਸੀ ਅਤੇ ਕਿਹੜੀ ਅਕੈਡਮੀ ਵੱਲੋਂ ਜ਼ਿਆਦਾ ਟਾਈਮ ਖੇਡਿਆ ਤੁਸੀਂ ਅਤੇ ਮੈਂ ਜ਼ਿਆਦਾ ਅਕੈਡਮੀ ਜੀ ਕੋਟਲੀ ਥਾਂ ਵੱਲੋਂ ਖੇਡਿਆ ਕਿੰਨਾ ਸਮਾਂ ਅਤੇ ਮੈਂ ਖੇਡਿਆ 10 ਸਾਲ ਜੀ ਕਿਹੜੇ ਰੇਡਰ ਜਾਫੀ ਹੁੰਦੇ ਤੁਹਾਡੇ ਨਾਲ ਕੋਟਲੀ ਥਾਂ ਸਿੰਘ ਦੀ ਟੀਮ ਵਿੱਚ ਅਤੇ ਹਰਮਿੰਦਰ ਬੱਬੂ ਜੀ ਆਪਣਾ ਭਰਾ ਜੀ ਉਹਨੇ ਮੈਨੂੰ ਕੋਟਲੀ ਥਾਂ ਦੇ ਵਿੱਚ ਉਹ ਲੈ ਗਿਆ ਉਦੋਂ ਬਾਅਦ ਸੁਖਮਨ ਚੋਰਾ ਸਾਹਿਬ ਉਦੋਂ ਬਾਅਦ ਅਰਸ ਉਦੋਂ ਬਾਅਦ ਸ਼ੀਰਾ ਭਾਈ ਰੁਪਿਆਲਾ ਉਦੋਂ ਬਾਅਦ ਗੋਪੀ ਸਰੇਰ ਗੋਪੀ ਉਸਤਾਦ ਆਪਣਾ ਭੂਤਕੋਟੀਆ ਅਤੇ ਆਪਣਾ ਨਾਗਰਾ ਜੀ ਜੀ ਨਾਗਰਾ ਉਦੋਂ ਬਾਅਦ ਭਿੰਦਰ ਚਾਂਗਰੀ ਜੀ ਨਿਰਮਲ ਚਾਂਗਰੀ ਚੈਨਾ ਹੈਪੀ ਜੀ
ਉਦੋਂ ਬਾਅਦ ਆਪਣੇ ਜੀ ਮੁੰਡਾ ਦਰਸ਼ੀ ਸੀ ਰੋਂਪੜ ਤੋਂ ਰਾਮਗੜ੍ਹ ਤੋਂ ਅੱਜ ਕੈਨੇਡਾ ਰਹਿੰਦਾ ਮੇਰਾ ਭਰਾ ਉਹ ਉਹਦੇ ਨਾਲ ਮੇਰਾ ਬਹੁਤ ਪਿਆਰ ਸੀ ਦੋਨਾਂ ਨੇ ਲੜਨਾ ਭਿੜਨਾ ਇਕੱਠਿਆਂ ਨਹੀਂ ਸੌਣਾ ਅਸੀਂ ਅਸੀਂ ਬਹੁਤ ਸਾਲ ਇਕੱਠੇ ਖੇਡੇ ਹਾਂ ਜੀ ਉਹ ਅਤੇ ਦਸ ਸਾਲ ਦੇ ਵਿੱਚ ਕਿੰਨੇ ਕੁ ਟੂਰਨਾਮੈਂਟ ਜਿੱਤਦੇ ਸੀ ਜਿਵੇਂ ਕਿ ਸਾਲ ਦੇ ਵਿੱਚ ਟੀਮ ਨੂੰ 40 ਟੂਰਨਾਮੈਂਟ ਮਿਲ ਗਏ ਕੱਪ ਮਿਲ ਗਏ ਅਤੇ ਉਹਨਾਂ ਦੇ ਵਿੱਚ ਕਿੰਨੇ ਜਿੱਤ ਜਾਂਦੇ ਸੀ ਤੁਸੀਂ ਉਹਨਾਂ ਦੇ ਵਿੱਚ ਹੀ ਸਾਡੀ ਟੀਮ ਚੰਗੀ ਸੀ ਅਸੀਂ 25-26 ਕੱਪ ਲੈ ਜਾਂਦੇ ਸੀ ਲਿਖਤ ਲਿਖਾ ਕਰੀ ਸੀ ਕਿ ਵੈਸੇ ਜਵਾਨ ਤੌਰ ਤੇ ਖੇਡੇ ਉਹਨਾਂ ਨਾਲ ਨਹੀਂ ਜੀ ਮੈਂ ਸ਼ੁਰੂਆਤ ਦੇ ਵਿੱਚੋਂ ਜਿਹੜਾ ਰੱਬੋਂ ਆਈ ਰੱਬੋਂ ਦੇ ਨਾਲ ਹੀ ਮੈਂ ਹਨਾ ਪੜਿਆ 6ਵੀਂ ਕਲਾਸ ਤੋਂ ਲੈ ਕੇ ਅਸੀਂ 10ਵੀਂ ਤਾਈਂ ਇਕੱਠੀ ਬਣਿਆ ਰੱਬੋਂ ਨਾਲ ਆਪਣਾ ਇੰਨਾ ਜ਼ਿਆਦਾ ਪਿਆਰ ਆਈ ਜਾਣੀ ਸਭ ਤੋਂ ਮੇਰਾ ਬੈਸਟ ਫਰੈਂਡ ਰੱਬੋਂ ਆ ਭਰਾ ਵੀ ਆ ਰੱਬੋਂ ਜਾਣੀ ਵੀ ਸਭ ਤੋਂ ਨੇੜੇ ਮੈਂ ਰੱਬੋਂ ਦੇ ਆਈ ਜਿਵੇਂ ਪੀਜੀ ਦੇ ਨੇੜੇ ਸੀ ਇੱਦਾਂ ਹੀ ਆਪਾਂ ਰੱਬੋਂ ਦੇ ਨੇੜੇ ਰੱਬੋਂ ਮੈਨੂੰ ਲੈ ਰਿਹਾ ਜੀ ਰੱਬੋਂ ਮੈਨੂੰ ਆਪਣਾ ਹੀ ਕੱਪ ਸੀ ਕਾਰਕ ਉਹਨਾਂ ਨਾਲ ਜੀ ਉਦੋਂ ਮੇਰੇ ਆਹ ਪੈਰ 'ਤੇ ਛੱਤ ਲੱਗਦੀ ਸੀ ਐਕਸੀਡੈਂਟ ਹੋ ਰਿਹਾ ਮੇਰਾ ਪੈਰ ਭਾਰ ਗਿਆ ਸੀ ਉਦੋਂ ਬਾਅਦ ਮੈਂ 2-3 ਮਹੀਨੇ ਖੇਡਿਆ ਨਹੀਂ ਉਦੋਂ ਉੱਤੋਂ ਮੇਰੀ ਤਿਆਰੀ ਸੀ ਥੱਲੋਂ ਜਦੋਂ ਮੈਂ ਭੱਜਦਾ ਹੀ ਪੈਰ 'ਤੇ ਸ਼ੋਰ ਆਉਂਦੀ ਉਦੋਂ ਬਾਅਦ ਫਿਰ ਮੈਂ 1-2 ਮੇਲੇ ਖੇਡੇ ਇੱਕ ਮੈਂ ਭੂਡਨ ਮੇਲਾ ਖੇਡਿਆ ਜੀ ਮੇਰਾ ਚਾਂਗਣੀ ਮੈਂ ਫਾਈਨਲ ਮੈਚ ਹੋਇਆ ਮੈਂ 22 ਨੂੰ ਵੀ ਜੱਫਾ ਲਾਇਆ ਭਿੰਦਰ ਨੂੰ ਚੈਮਾ ਵੀ ਫੜਿਆ ਵਿੱਕੀ ਵੀ ਇਹੀ ਮੈਚ ਮੈਂ ਉਹਨਾਂ ਨੂੰ ਹਰਦੇ ਸੀ ਜਾਣੀ ਅੱਗੇ ਬਹਿਣ ਕੇ ਜੀ ਉਦੋਂ ਬਾਅਦ ਬੇਰ ਖੇਡਿਆ ਜੀ ਮੈਂ ਬਹੁਤ ਤਗੜਾ ਪੱਪੂ ਵੀ ਆਇਆ ਸੀ ਪੱਪੂ ਆਪਣੀ ਟੀਮ ਲੈ ਕੇ ਆਈ ਚੂਰ ਚੱਕ ਦੀ ਉਦੋਂ ਬਾਅਦ ਮੈਂ ਮਨੀ ਸੀ ਮੁੰਡਾ ਦੇਵ ਸੀ ਅਤੇ ਮੈਂ ਪਿੰਡ ਵੀ ਹੋਣੀ ਜੀ ਆਪਣੇ ਬੱਦਣੀਆਂ ਵਾਲੇ ਸਾਰੇ ਹਰਾ ਤੇ ਪੰਜ ਰੇਡਾਂ ਹੀ 6-6 ਮੈਂ 3-3 ਜੱਫੇ ਲਾਏ 5 ਰੇਡਾਂ ਦੇ ਵਿੱਚੋਂ ਪੱਪੂ ਵੀ ਜੀ ਪੱਪੂ ਤੇ ਇਹਨੂੰ ਹੋਰ ਹਰਦਿਆ ਉਦੋਂ ਬਾਅਦ ਮੈਂ ਅਤੇ ਮੈਂ 6ਵੀਂ ਫਾਈਨਲ ਮੈਚ ਮੱਕਣ ਡੱਬੋ ਨੂੰ ਹਰਦਿਆ ਸੀ ਅੱਧੇ ਬਹਿਣ 'ਤੇ ਅਤੇ ਜੀ ਮੈਂ ਬਹੁਤ ਤਰ੍ਹਾਂ ਖੇਡਿਆ ਉਦੋਂ ਦੂਏ ਦਿਨ ਨਾ ਕਾਰਕ ਕੱਪ ਸੀ ਜਿਹੜਾ ਆਪਣਾ ਸੋਨੀ ਆ ਢੋਡਿਆਂ ਵਾਲਾ ਜੀ 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 ਅਤੇ ਭਰਾ ਅਤੇ ਉਹਨੂੰ ਉਹਨਾਂ ਮੈਨੂੰ ਫੋਨ ਆਇਆ ਜਦੋਂ ਮੈਂ ਬੇਰ ਖੇਡਿਆ ਬਹੁਤ ਤਰ੍ਹਾਂ ਉਹਨਾਂ ਦਾ ਵੀ ਇਹਨਾਂ ਲਤਾਰੇ ਦੀ ਅਕੈਡਮੀ ਆ ਵੀ ਮੇਜਰ ਅਹੁਦਾ ਉਹ ਆ ਸਪੋਂਸਰ ਵੀ ਤੈਨੂੰ ਮੈਂ 25,000 ਰੁਪਇਆ ਦੇ ਦਿੰਦਾ ਜੀ ਫਰਵਰੀ ਦੀ 22-23 ਦੀ ਗੱਲ ਆਈ 21 ਨੂੰ ਬੇਰ ਸੀ ਮੈਚ ਉਹ ਤਾਂ ਮੈਂ ਵੀ ਤੈਨੂੰ ਮੈਂ 25,000 ਰੁਪਇਆ ਦਵਾਉਣਾ ਵੀ ਸੀਜ਼ਨ ਰਿਹਾ ਚੱਲ ਅਤੇ ਵੀ ਤੇਰਾ ਜਿਹੜਾ ਸੀਜ਼ਨ ਮਰਿਆ ਉਹ ਫਿਰ ਮੈਂ ਉਹਨੂੰ ਹਾਂ ਕਰਤੀ ਰਾਤ ਨੂੰ ਉਦੋਂ ਯਾਦ ਜਦ ਮੈਂ ਜੀ ਮੁੰਡੇ ਆ ਰਹੇ ਮੇਰੇ ਦੋਸਤ ਹੈਪੀ ਅਤੇ ਹਰਿੰਦਰ ਮੁੰਡਾ ਰਾਈਆਂ ਵਾਲਾ ਅਤੇ ਉਹ ਮੈਨੂੰ ਚੱਕ ਕੇ ਲੈ ਰਹੇ ਮਲਕੀ 'ਚ ਕੱਪ ਦੇ ਬਾਬੇ ਦੇ ਰਹਿ ਜੀ ਅਸੀਂ ਮੱਥਾ ਦੇ ਤੇ ਉਹਨਾਂ ਦਾ ਆਸ਼ੀਰਵਾਦ ਲਿਆ ਇੰਕਾਰਖ ਚਲੇ ਗਿਆ ਜਦੋਂ ਜਾ ਕੇ ਉਤਰੇ ਰੱਬੋ ਨੇ ਜੀ ਰੱਬੋ ਮੋਟਰਸਾਈਕਲ 'ਤੇ ਬੈਠਾ ਉਹਨੇ ਮੁੰਡਾ ਭੇਜਿਆ ਮੈਨੂੰ ਬਾਜ ਮਾਰੀ ਕਹਿੰਦਾ ਵੀ ਲਿਆ ਇਹਨੂੰ ਲਿਆ ਤਾਂ ਉਹ ਮੈਨੂੰ ਕਹਿੰਦਾ ਵੀ ਹਨਾ ਅਕੈਡਮੀ 'ਚ ਖੇਡ ਸਾਡੀ 'ਚ ਮੈਚ ਮੈਂ ਕਿਹਾ ਵੀ ਰੱਬੋ ਵੀ ਇੱਕ ਮੈਚ ਲਵਾ ਦੇ ਤੁਸੀਂ ਮੈਨੂੰ ਮੈਚ ਵੀ ਲਾਉਣਾ ਵੀ ਮੈਂ 25,000 ਰੁਪਇਆ ਲਿਆ ਵੀ ਐਵਾਂ ਵੀ ਮੈਂ ਨਾ ਪਹਿਲਾਂ ਹੀ ਮੇਰਾ ਨਾ ਸੀਜ਼ਨ ਖਰਾਬ ਹੋਇਆ ਉਦੋਂ ਬਾਅਦ ਭਿੰਡਰ ਬਾਈ ਆ ਰਿਹਾ ਉਹ ਤਾਂ ਕਹਿੰਦਾ ਰੱਬੋ ਏਡਾ ਤਰ੍ਹਾਂ ਦਾ ਜਾਪੀ ਮਿਲਦਾ ਵੀ ਹੋਰ ਕੀ ਚਾਹੀਦਾ ਵੀ ਇਹਨੂੰ ਆਪਾਂ ਆਹ ਸੀਜ਼ਨ ਖਿਡਾਉਣੀ ਆ ਵੀ ਨਾਲੇ ਆਪ ਖੇਡਣ ਨੂੰ ਤਿਆਰ ਆ ਵੀ ਹੋਰ ਕੀ ਚਾਹੀਦਾ ਉਹ ਮੈਨੂੰ ਰੱਬੋ ਉਹਨੇ ਕੋਚ ਨਾਲ ਗੱਲ ਕਰੀ ਜੀ ਸੁੱਕੀ ਬਜ਼ਾਰ ਨਾਲ ਉਹ ਕਹਿੰਦਾ ਵੀ ਜੇ ਅੱਜ ਇਹ ਜੱਫੇ ਲਾਉਂਦਾ ਤਾਂ ਪੱਕਾ ਖੇਡੂਗਾ ਉਦੋਂ ਬਾਅਦ ਜੀ ਸਾਡਾ ਮੈਚ ਆ ਰਿਹਾ ਉਹਦੇ ਨਾਲ ਆ ਰਿਹਾ ਨਕੋਦਰ ਨਾਲ ਜੀ ਰੇਡਰ ਜੀ ਦੀਤਾ ਮੂਹਿਆਰੀਆ ਮੈਨੂੰ ਇਹ ਨਹੀਂ ਪਤਾ ਜੀ ਵੀ ਉਹ ਇੰਨਾ ਕਰਦਾ ਰੇਡਰ ਆ ਜੀਤਾ ਮੂਹਿਆਰੀਆ ਖੈਰ ਹਾਂਜੀ ਖੈਰਿਆ ਬਾਈ ਹਾਂਜੀ ਉਦੋਂ ਬਾਅਦ ਸੋਨੀ ਪਹਿਲਾਂ ਸੋਨੀ ਦਾ ਮੈਚ ਚੱਲ ਆਈ ਤਾਰਾ ਕਹਿੰਦਾ ਜੀ ਉਹਨਾਂ ਦਾ ਰਾਜੂ ਉਹਨਾਂ ਦਾ ਸੋਨੀ ਮੈਨੂੰ ਹੱਚੇ ਮੈਂ ਤਾਂ ਸੋਨੀ ਕਿਹੜਾ ਰੇਡਰ ਪਾਉਣਾ ਉਹ ਹੱਚਿਆ ਸੀ ਤਾਂ ਮੈਂ ਆਹ ਫੜ ਲਾ ਉਹਨੇ ਉੱਦਾਂ ਦਾ ਕੀਤਾ ਨਾ ਮਜ਼ਾਕ ਵੀ ਦੀਤਾ ਕਿੱਥੇ ਫੜ ਹੁੰਦਾ ਜੀ ਉਹੀ ਮੈਂ ਉਹਦੀ ਗੱਲ ਮਨ 'ਚ ਢਾਲੀ ਮੈਂ ਤਾਂ ਵੀ ਇਹਨੂੰ ਹੀ ਫੜਨਾ ਅਤੇ ਮੈਂ ਜੀ ਉਹਨੂੰ 2 ਵਾਰੀ ਫੜਿਆ ਦੀਪੇ ਨੂੰ ਇੱਕ ਇੱਕ ਹਰ ਟਾਈਮ ਤੋਂ ਪਹਿਲਾਂ ਇੱਕ ਹਰ ਟਾਈਮ ਤੋਂ ਬਾਅਦ ਫੜਿਆ ਵੀ ਦੂਜੇ ਨੋਟ ਜੀ ਕੁੱਟ ਕਟਾਪੇ ਨਾਲ ਵੀ ਜੀ 30-35 ਲਾਏ ਉਹਦੇ ਇੱਕ ਉਹ ਫੜਿਆ ਜੀ ਇੱਕ ਰੇਡਰ ਹੋਰ ਫੜਿਆ 3 ਜੱਫੇ ਲਾਏ ਜੀ ਫਿਰ ਮੈਨੂੰ ਕੋਚ ਤਾਂ ਵੀ ਅੱਜ ਤੋਂ ਤੂੰ ਪੱਖਾ ਹੀ ਦੇ ਦੂੰਗਾ ਜਦ ਤੋਂ ਜੀ ਮੈਂ ਖੇਡਣ ਲੱਗ ਗਿਆ ਕੋਟ ਵੀ ਜੀ ਜੀ ਕੋਟਲੀ ਥਾਨ ਸਿੰਘ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਹੋਰ ਕਿਹੜੀ ਅਕੈਡਮੀ 'ਚ ਖੇਡੇ ਉਦੋਂ ਪਹਿਲਾਂ ਜੀ ਮੈਂ ਰੋਪੜ 'ਚ ਖੇਡਿਆ ਭੀਮਾ ਜੀ ਅੱਜ ਆਪਣੇ ਉਸਤਾਦ ਜੀ ਹਾਂ ਜੀ ਭੀਮਾ ਸ਼੍ਰੇਰੀ ਉਹਨਾਂ ਦੀ 2 ਸਾਲ ਉਹਨਾਂ ਦੀ ਅਕੈਡਮੀ 'ਚ ਖੇਡਿਆ ਜੀ ਅਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੋਰੀ ਬੈਡਮਾਨ 'ਚ ਗੁੱਗੀ ਆਪਣਾ ਜਰਗਰੀ ਵਾਲਾ ਵੱਡਾ ਭਰਾ ਜੀ ਮੇਰਾ ਉਸਤਾਦ ਵੀ ਆ ਉਹ ਅਤੇ ਉਦੋਂ ਬਾਅਦ ਉਵੇਂ ਤਾਂ ਮੈਨੂੰ ਹੋਰ ਆ ਰਹੇ ਸਰਾਰੇ ਨੂੰ ਜਿਹੜਾ ਜਰਗਰੀ 'ਚ ਖੇਡਿਆ ਸਾਨੂੰ ਮੋਰੀ 'ਚ ਖੜਾਇਆ ਜੀ ਸਾਨੂੰ ਥੋੜ੍ਹੇ ਥੋੜ੍ਹੇ ਉਹਨਾਂ ਨੇ ਪੈਸੇ ਵੀ ਦਵਾਏ ਜੀ ਬਾਈ ਨੇ 20-25 ਹਜ਼ਾਰ ਰੁਪਇਆ ਉਵੇਂ ਦਵਾਇਆ ਆਪ ਬਾਈ ਨੇ 1,00,000 ਰੁਪਇਆ ਲਿਆ ਜੀ ਉਹ ਉਹਨਾਂ ਦੀ ਅਕੈਡਮੀ 'ਚ ਫਿਰ 2 ਸਾਲ ਖੇਡਿਆ ਜੀ ਅਸੀਂ ਅਤੇ ਪਹਿਲੀ ਵਾਰ ਫਿਰ ਵਿਦੇਸ਼ ਦਾ ਵੀਜ਼ਾ ਕਿਸ ਸੰਨ ਦੇ ਵਿੱਚ ਲੱਗਿਆ ਤੁਹਾਡਾ 2009 'ਚ ਲੱਗਿਆ ਜੀ ਕਿਸ ਦੇਸ਼ ਦਾ ਜੀ ਕੈਨੇਡਾ ਦਾ ਵੀਜ਼ਾ ਲੱਗਿਆ ਜੀ ਕੈਨੇਡਾ ਦੇ ਵਿੱਚ ਪਹਿਲੀ ਵਾਰ ਕਿਸ ਤਰ੍ਹਾਂ ਦਾ ਖੇਡੇ ਕੈਨੇਡਾ ਦੇ ਵਿੱਚ ਹੀ ਮੈਂ ਬਹੁਤ ਵਧੀਆ ਖੇਡਿਆ ਜੀ ਪਹਿਲੇ ਮੈਚ ਦੇ ਵਿੱਚ ਹੀ ਮੈਂ 2 ਜੱਫੇ ਲਾਏ ਜੀ ਪਹਿਲੇ ਸਾਲ ਤੁਸੀਂ ਖੇਡਣ ਗਏ ਅਤੇ ਕਿੰਨੇ ਟੂਰਨਾਮੈਂਟ ਖੇਡੇ ਉੱਥੇ ਅਤੇ ਉਹਨਾਂ ਦੇ ਵਿੱਚ ਕਿੰਨੇ ਜਿੱਤੇ ਉੱਥੇ ਜੀ ਅਸੀਂ 8 ਮੈਚ ਹੋ ਜੀ ਅੱਖਾਂ ਦੇ ਵਿੱਚ ਜਾਣੀ ਅਸੀਂ
फाइनल दे विच मैं नहीं रहे जिदा भी सी उदा सी छेवीं फाइनल जां दूजे तीजे राउंड च जाते हट जाती सी टीम नवी सी साडी सरतान भी उदो पहली बारी मेरे नाल गया जी नवा ही सी जां खेडिया बहुत सोहना समचपुरिया एक मुंडा भरत वाला आई रेडर सुखमिंदर एक सुक्का आई ट्रांसपुरिया एक मुंडा दर्शी सी रामगढ़िया जी ये चार रेडर सी एक गोपी मैं जी एक नेका मशहूर वाला एक अपना ही आह कारा आलूपुरिया एक अरसी यूएस वाला ये मेरे नाल खेडे जी यानी कि पहले साल कप नहीं जितते पर खेडे वधिया उस तो बाद किहड़े किहड़े देशां दे विच होर खेडे हो तुसीं उस तो बाद जी मैं है ना आयरलैंड खेडिया वो जदों अंडीक होई आ अपने हनी सिंह की टीम वालों उस बाद फिर मैं 2015 मैं अमेरिका गया जी मैं गया तो गुरमीत सी तो नाल दिल्ली फिर उदू बाद बाई मेरे काबल मानू प्याला उन्हें मेरी बहुत हेल्प की उन्हें मैं कई टीम च मैच लवाए फिर तरवंत मेजर की टीम सी पहले टूरनामेंट की यूएस मैं चीनिया वाला ये मुंडा अपना लखा हरमिंदर दबों बाकी टीपा सुरखपुरिया भाई सीता जी की डेथ हुई वो सी साड़ी वधिया टीम सी अभी फाइनल मैच कनेडा की टीम हार दी पर उत्थे जी दूजे नंबर पर रही अभी टीम तो विदेश के किसी टूरनामेंट या किसी कप के बेस्ट बने हो तुम नहीं बाहर ही नहीं जी मैं बेस्ट बनया नहीं है जी तो जफ्फे किन्ने किन्ने होंगे मैच जफ्फे जी जफ्फे ना मैं तेरा दस दें 2011 की गल आ मैं बाबा कांगा की टीम वालों खेलता सी तो उस बाद इन्हों जी अपने बलजीत शैदो उन्होंने पप्पू उन्होंने एक हफसी ही अपने गोखे भाजी उन्हों की टीम बन गई जी बैंटन की जी तो अपना जी बिट्टू भोगे जी बना हों जी इन्होंने ना हफसी लिया जी दो टमान भार से जानी वह जी अपने पट्टा नौ भी ज्यादा मोटे मोटे दौरे मेरे ना गोपी सी तो उदू बाद कारा सी तो उदू बाद अरसी सी तो ये दारन दादे जो बड़ी पाने आए कहने भी असी नहीं फड़ना मैं भी ये मैं इन्होंने कहा भी मैं फड़ूंगा कहने मैं इन्होंने कहा भी हाथ ना लगाओ जिधर मैं कहूँगा उधर तुरी जायो उदू बाद दोस्तों ने भी बाहरों कनेडा वा जो भाई अपने फैन से उन्होंने कुक्का मारिया भी नहीं फड़ना उदू बाद जो आया तो मैं इधर तोड़ दी सी टीम इधर सैट तोड़ गया लैन वाल जो जो मैं देखे भी 17-18 स्टैंटो दे मैं है ना गिनी गया मूँह के उदों उदों मैं देखा भी हम 30 स्टैंप नहीं मैं उन्होंने लग गया उदू बाद माई इतने बत्त दे मुक्की मारी वो ऐ करता जानू होश भी आई जानू फड़ ली तो 30 स्टैंप बना थे तो मैं बहुत ज्यादा नचया वो मैं तो मैं याद आ वो तो मैं नचता ही मैं भी पंजाबी भंगड़ा उन मैं कहा फिर मैंने उतों जी 3000 डालर उत्तों बनया खराजी भंगड़ा पाउंदा सी तुहाडे भी भंगड़े दीआं कितना कितें गल्लां होईआं गईआं ते गल्लां जी मैं जी मैच खेडिआ 2007 दे विच पीपे नाल सुरखपुरिआं नाल मेरे नाल बाजी सी जिहंदा राई बाई वह भी मेरे नाल सी इही यार उत्तों दा मैं खेडे उदू बाद उदू बाद जो टीपा बाई आदा इदा पहला दौरे कर दी जफा लाते उदू बाद मैं टीपे बाई ने कहा मैं भाई तू इदा कहना कहता वह कहना भी कहना भी कबड्डी सारी दुनिया खेलती है कहना भी बंदे की जो पहचान बनाई है ना अपना भी बंदा एरसम जरूरी है करना जी वो टीपा बाई कहना भी कहना जिन्हें मैं एरसम करता कहना जे तू कबड्डी भी तेन तेन दुनिया जाने तेन जे नौ करना दुनिया के तू अपना एरसन करना उन्हें बाई उन्हें तो बाजी ने मैनू बाई ने उदमे फेहता तो मैं उन्होंने गल लार बनी उन्होंने बड़े भाइयों की अपने बड़े भरा ने कबड्डी के स्टाफ ने अपना नहीं जी हरे उन्होंने उसके थी पहुंचे उदम तो बाद फिर मैं ही मैं पक्का ही अपना एरसन कर लग गया फिर मैं भंगड़ा पाने लग गया उदू बाद फिर अपना पूरा नाम हो गया जी पूरे अपन पैसे बनते रहे जी जफा लाते यानी कि कितना कितने ज्यादा नाम उभर के आता हाँ जी हाँ जी फिर मां खेड कबड्डी छले मुंदियां मोटरसाइकिल एल सीढ़िया नकदी प्राइज की कुछ जित रखा जी बाकी यही मोटरसाइकिल भी जितते जी मैं बाकी उदू बाद कूलर भी जितया 2009 उदू बाद देसी ढो दे तीन तो एक मैच मेरे याद आई मैं तो तेजी बैस्ट तेजी रेडर से मैं बैस्ट जापी से खन्ने के लगे खतरा पिंड पैंता जी जी ये 2009 की गल आई तो 2009 की गल है तो जी उदू बाद साडा फाइनल मैच डोदर ला आ रहा कारू रसूलपुरी आ डोदर की टीम च खेलता जी वो कहते भी कारू बैक भज्या फर नहीं आता गल सही है जी उदू बाद मेरी भी इन्नी तैयारी सी मैं भी पूरा फिट कारू जी मेरे ज्यादा मैं बैक भज्या जाता मैं लत लत छिटिया
ਤੇ ਉਦੋਂ ਬਾਅਦ ਮੈਂ ਉਦਨੇ ਬੈਠ ਕੇ ਜਾ ਪੀ ਤੇਜੀ ਰੇਡਰ ਸੀ ਉਦੋਂ ਸਾਨੂੰ ਉਦਨੇ ਹੀ ਸਾਨੂੰ 2100 ਰੁਪਇਆ ਦਿੱਤਾ ਜੀ ਉਹਨਾਂ ਨੇ ਬਾਕੀ ਘਿਓ ਦਿੱਤਾ ਤੇ ਮੋਟਰਸਾਈਕਲਾਂ ਦੀ ਗਿਣਤੀ ਕਿੰਨੀ ਹੈ ਜੀ ਮੋਟਰਸਾਈਕਲ ਦਾ 6 ਤੀ ਜਿੱਤੇ ਨੇ 6 ਮੋਟਰਸਾਈਕਲ ਜਿੱਤੇ ਤੇ ਸਲਮਾਨ ਕਿੰਨੇ ਮਿਲੇ ਹੈ ਜੀ ਤੇ ਸਲਮਾਨ ਮੈਨੂੰ ਮੋਟਰਸਾਈਕਲ ਦੋ ਨੇ ਜੀ ਇੱਕ ਪਾਚੀ ਟੀਵੀਐਸ ਬਾਈ ਨੇ ਸੀਦੇ ਨੇ ਜਰਦਰੀਆ ਨੇ ਕੀਤਾ ਜੀ ਇੱਕ ਮੁੰਡਾ ਰਿੱਖੀ ਆ ਮੇਰਾ ਭਰਾ ਯੂਐਸ ਵਾਲਾ ਉਹਨਾਂ ਨੇ ਬਾਈ ਦੇ ਕੱਪ ਦੇ ਚੰਨੇ ਆਲਮਵੀਰ ਜੀ ਦੇ ਕੱਪ ਦੇ ਦਿੱਤਾ ਜੀ ਤੇ ਹੋਰ ਕੀ ਕੋਈ ਸਨਮਾਨ ਮਿਲਿਆ ਹੋਰ ਸਨਮਾਨ ਤੇ ਜੀ ਬਾਤੀ ਕੱਪ ਬਾਕੀ ਸੰਪਾਂ ਵੀ ਕਈ ਟੂਰਨਾਮੈਂਟ ਗਈਆਂ ਜੀ ਚੈਨਾਂ ਵੀ ਪਾਈਆਂ ਨੇ ਆਪਣੇ ਭਰਾਵਾਂ ਲਈ ਕੋਈ ਇੱਦਾਂ ਦੇ ਨੇ ਮੁੰਡੇ ਮਿੰਟੂ ਵੀ ਨੇ ਜੀ ਬਾਕੀ ਉਹਨਾਂ ਨੇ ਪੈਸਿਆਂ ਨਾਲ ਜੀ ਕੀਤਾ ਬਾਕੀ ਆਪਣਾ ਭਰਾ ਗਰਸ਼ੀ ਆ ਰਾਮਗੜੀ ਆ ਜੀ ਉਹਨੇ ਰਾਮਗੜ੍ਹ ਦੇ ਕੱਪ ਦੇ ਜੀ ਨਾਲੇ ਮੈਂ ਵੱਡਾ ਕੱਪ ਦਿੱਤਾ ਨਾਲੇ 11,000 ਰੁਪਇਆ ਸਨਮਾਨਿਤ ਕੀਤਾ ਜੀ ਮੈਨੂੰ ਮੱਖਣ ਸਾਹਿਬ ਜਿਵੇਂ ਕਿ ਤੁਹਾਡੇ ਵੀ ਮਾਂ ਖੇਡ ਕਬੱਡੀ ਦੇ ਵਿੱਚ ਕਾਫੀ ਮਰੀਜ਼ ਆ ਤੁਹਾਡੀ ਗੇਮ ਨੂੰ ਬਹੁਤ ਪਿਆਰ ਕਰਦੇ ਆ ਲੋਕ ਤੇ ਤੁਸੀਂ ਕਿਹੜੇ ਰੇਡਰ ਜਾਫੀ ਦੇ ਮਰੀਜ਼ ਹੋ ਜੀ ਤੇ ਮੈਂ ਜਾਪੀ ਦਾ ਪੁਰਾਣਿਆਂ ਚੋਂ ਜੀ ਫੈਨ ਆ ਰਾਮ ਸਿਆਲੇ ਵਾਲਾ ਜੀ ਜਿਹੜਾ ਅੱਜ ਵੱਲ ਯੂਐਸ ਦੇ ਵਿੱਚ ਰਹਿੰਦੇ ਮੈਂ ਬਹੁਤ ਤਗੜਾ ਜਾਪੀ ਸੀ ਉਹਨੇ ਸੱਬੇ ਹੋਣੀ ਹਰਜੀਤ ਹੋਣੀ ਗਾਗੂ ਹੋਣੀ ਸਾਰੇ ਜੀ ਪੂਰਾ ਮੋਲ ਬਣਾਏ ਮੈਂ ਜੀ ਮੈਂ ਉਹਨਾਂ ਦੀਆਂ ਵੀਡੀਓ ਦੇਖੀਆਂ ਮੈਂ ਪੁਰਾਣੀਆਂ ਜੀ ਤੇ ਰੇਡਰ ਜੀ ਬੈਲੀ ਸਟਾਰ ਚੂਹ ਚੁੱਕਿਆ ਤੇ ਨਵਿਆਂ ਦੇ ਵਿੱਚੋਂ ਕਿਹੜੇ ਨਵਿਆਂ ਦੇ ਵਿੱਚ ਜੀ ਆਪਣਾ ਸੁਲਤਾਨ ਸਮਝ ਬੁਰੀਆ ਤੇ ਆਪਣਾ ਭਰਾ ਖੁਸ਼ੀ ਦੁਗਾਣਾ ਹਾਂ ਜੀ ਯਾਨੀ ਕਿ ਤਗੜਿਆਂ ਦੇ ਫੈਨ ਹੋ ਤੁਸੀਂ ਹਾਂ ਜੀ ਮੇਰੇ ਮੈਂ ਇਹਨਾਂ ਦਾ ਪੂਰਾ ਫੈਨ ਹਾਂ ਜੀ ਆਪਣੇ ਭਰਾ ਨੇ ਮੈਂ ਇਹਨਾਂ ਦੀ ਗੇਮ ਜਦੋਂ ਇਹ ਖੇਡਦੇ ਨੇ ਮੇਰੇ ਵੀ ਲੂੰ ਲੂੰ ਖੜਾ ਹੋ ਜਾਂਦਾ ਜੀ ਕੰਡੇ ਜਦੋਂ ਇਹ ਦੂਈ ਜਾਣੇ ਮੈਂ ਦੇਖਦਾ ਮੈਨੂੰ ਚਾਹ ਚੜ ਜਾਂਦਾ ਤੇ ਆਪਾਂ ਤੇਜੀ ਨਿਜ਼ਾਮਪੁਰ ਦੀ ਗੱਲਬਾਤ ਕਰ ਰਹੇ ਤੁਹਾਡੇ ਨਾਲ ਤੁਹਾਡਾ ਕਾਫੀ ਪਿਆਰ ਸੀ ਤੁਹਾਡੇ ਨਾਲ ਖੇਡਣ ਲੱਗਿਆ ਉਹ ਕਿੰਨਾ ਸਮਾਂ ਤੁਹਾਡੇ ਨਾਲ ਖੇਡਿਆ ਉਹਨੇ ਕਿੰਨਾ ਸਮਾਂ ਤੁਹਾਡੇ ਨਾਲ ਬਿਤਾਇਆ ਉਹਨੇ ਤੇਜੀ ਨਿਜ਼ਾਮਪੁਰ ਜੀ 2005 ਤੋਂ ਮੇਰੇ ਨਾਲ ਜਾਣੀ ਸੀ ਪਿੰਡ ਪੱਧਰ ਦੇ ਵਿੱਚ ਆ ਰਿਹਾ ਸੀ ਅਸੀਂ ਇਕੱਠਿਆਂ ਨੇ ਕੈਂਪ ਵੀ ਲਾਇਆ ਜੀ ਅਸੀਂ ਅਸੀਂ ਕੈਂਪ ਲਾਇਆ 2 ਸਾਲ ਅਤੇ ਉਦੋਂ ਬਾਅਦ ਪਹਿਲੇ ਸਾਲ ਫਿਰ ਰੈਂਡ ਲਿਆ ਜੀ ਇਹ ਵਧੀਆ ਖੇਡਿਆ ਅਤੇ ਉਦੋਂ ਬਾਅਦ ਰੈਂਡ ਦੇ ਵਿੱਚੋਂ ਸਾਡੇ ਵੀ ਸਾਡੇ ਕੋਲੋਂ ਆ ਕੇ ਇਹਨੂੰ ਗੱਡੀ ਲਈ ਵਧੀਆ ਖੇਡੇ ਉਦੋਂ ਤੋਂ ਬਾਅਦ ਸਾਡੀ ਟੀਮ ਜੀ ਉੱਪਰ ਹੀ ਗਈ ਆ ਤੇਜੀ ਜਿੱਦਮ ਤੋਂ ਆਇਆ ਪੂਰੀ ਟੀਮ ਫਿਰ ਉੱਤੇ ਚੜੀ ਗਈ ਸਾਡੀ ਯਾਨੀ ਕਿ ਕਾਫੀ ਪਿਆਰ ਸੀ ਤੁਹਾਡਾ ਹਾਂਜੀ ਬਹੁਤ ਜ਼ਿਆਦਾ ਤੇ ਘਰੋਂ ਕੋਈ ਜ਼ਿਆਦਾ ਨਹੀਂ ਸੀ ਤੇਜੀ ਤੁਹਾਡੇ ਨਾਲ ਖੇਡਣ ਲੱਗਿਆ ਜਦੋਂ ਆ ਕੇ ਅਤੇ ਤੁਸੀਂ ਸਪੋਰਟ ਕਰੀ ਸੀ ਕਿ ਨਹੀਂ ਕਰੀ ਸੀ ਵੀਰ ਨੂੰ ਤੇਜੀ ਅਸੀਂ ਪ੍ਰੇਰਨਾ ਨੇ ਵੀ ਸਾਡਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਜੀ ਇੱਕ ਸਾਡੇ ਪਿੰਡ ਦੇ ਵਿੱਚੋਂ ਆਈ ਆਪਣਾ ਪੁਰਾਣਾ ਕਬੱਡੀ ਪਲੇਅਰ ਅਤੇ ਰਣਜੀਤ ਆਈ ਉਹਦਾ ਨਾਂ ਉਹਨੂੰ ਨੀਤੂ ਕਹਿੰਦੇ ਨੇ ਉਹਨੇ ਬਹੁਤ ਜ਼ਿਆਦਾ ਹੈਲਪ ਕਰੀ ਆ ਜੀ ਤੇਜੀ ਦੀ ਤੇਜੀ ਬਸ ਹੋਰ ਤੇਜੀ ਉਹਦੇ ਕੋਲ ਵੀ ਘਰੇ ਬਹੁਤ ਰਿਹਾ ਉਹਨੇ ਬਹੁਤ ਉਹਨੂੰ ਖੁਰਾਕ ਦਿੱਤੀ ਜੀ ਸ਼ੁਰੂਆਤ ਦੇ ਵਿੱਚ ਹਾਂ ਤੇਜੀ ਦੀ ਬਹੁਤ ਹੈਲਪ ਕੀਤੀ ਉਹਨੇ ਯਾਨੀ ਕਿ ਤੇਜੀ ਲਸਾੜਾ ਕਰਕੇ ਵੀ ਜਾਣਿਆ ਜਾਂਦਾ ਸੀ ਤੇਜੀ ਨੂੰ ਤੇਜੀ ਨਿਜ਼ਾਮਪੁਰ ਕਰਕੇ ਤਾਂ ਬਾਹਲਾ ਬਾਹਲ ਦੂਰ ਜਾਣਿਆ ਜਾਣ ਲੱਗਿਆ ਅਤੇ ਨਿਜ਼ਾਮਪੁਰ ਮੈਂ ਪਿੰਡ ਜੀ ਉਹਨੇ ਜਦੋਂ ਹੁਣ ਕਾਰਖ ਦੇ ਵਿੱਚ ਵਾਧਿਆ ਅਕੈਡਮੀ ਦੇ ਵਿੱਚ ਉਦੋਂ ਤੋਂ ਉਹਨੂੰ ਨਿਜ਼ਾਮਪੁਰ ਪਿੰਡ ਦਾ ਕਹਿਣ ਲੱਗੇ ਮੈਨੂੰ ਉੱਤੋਂ ਪਤਾ ਲੱਗਦਾ ਪਹਿਲਾਂ ਮੈਂ ਤੇਜੀ ਲਸਾੜੇ ਵਾਲਾ ਹੀ ਬੋਲਦੀ ਆਪਣੇ ਬ੍ਰਦਰ ਸੰਧੂ ਬ੍ਰਦਰ ਹੋਮੀ ਵੀ ਹੋਰ ਜਿੰਨੇ ਵੀ ਲਾਂਸਰ ਨੇ ਸੀ ਮਾਨਸਾ ਵੱਲ ਵੀ ਖੇਡਿਆ ਜੀ ਉੱਧਰ ਉਹ ਤੇਜੀ ਲਸਾੜੇ ਵਾਲਾ ਹੀ ਕਹਿੰਦੇ ਸੀ ਯਾਨੀ ਕਿ ਤੇਜੀ ਲਸਾੜਾ ਕਰਕੇ ਪਹਿਚਾਣ ਬਣੀ ਤੁਹਾਡੇ ਨਾਲ ਖੇਡਿਆ ਹਾਂਜੀ ਹਾਂਜੀ ਤੇ ਕਿੰਨੇ ਸਮਾਂ ਖੇਡਿਆ ਲਗਾਤਾਰ ਉਹ ਤੇਜੀ ਸਾਡੀ ਟੀਮ ਦੇ ਵਿੱਚ 7 ਸਾਲ ਖੇਡਿਆ 7 ਸਾਲ ਲਗਾਤਾਰ ਤੇ 7 ਸਾਲ ਤੱਕ ਉਂਗਲ ਖੜੀ ਰਹੀ ਹੈ ਹਾਂਜੀ ਪੂਰੀ ਖੜੀ ਕਿਉਂਕਿ ਤੇਜੀ ਨੂੰ ਜਾ ਫੜਨ ਚਾਹੀਦੀ ਸੀ ਤੁਹਾਨੂੰ ਰੇਡਰ ਚਾਹੀਦਾ ਸੀ ਹਾਂਜੀ ਹਾਂਜੀ ਟੌਪ ਦਾ ਹਾਂਜੀ ਉਦੋਂ ਸਾਡੇ ਬੱਬੂ ਤੇ ਉਹ ਕਰਨਜੀਤ ਦੂਜਾ ਹੀ ਭਰਾ ਉਹਦਾ ਗਿਆਨੀ ਛੋਟਾ ਉਹ ਹਰੇ ਨਿਆਣੇ ਸੀ ਉਹਨਾਂ ਦਾ ਭਾਰ ਘੱਟ ਸੀ ਉਦੋਂ ਬਾਅਦ ਜੀ ਫਿਰ ਤੇਜੀ ਅਕੈਡਮੀ 'ਚ ਕਰਿਆ ਉਦੋਂ ਬਾਅਦ ਫਿਰ ਸਾਡੀ ਟੀਮ ਚੰਗੀ ਹੋ ਗਈ ਬੱਬੂ ਉੱਠ ਕਰਿਆ ਫਾਂਤੀ ਅਤੇ ਆਪਣਾ ਗਿਆਨੀ ਫਿਰ ਕੁਲਜੀਤ ਮੁੰਡਾ ਚੈਨੀ ਫਿਰ ਮਨੀ 6 ਰੇਡਰ ਹੋ ਗਈ ਫਿਰ ਸਾਡੀ ਟੀਮ ਫਿਰ ਨੂੰ ਆ ਰਹੀ ਫਿਰ ਅਸੀਂ ਫਿਰ ਅਸੀਂ 10 ਸਾਲ ਟੀਮ ਪੂਰੀ ਚਲਾਈ ਅਤੇ ਤੇਜੀ ਤੁਹਾਡੇ ਪਿੰਡ ਟ੍ਰੇਨਿੰਗ ਕਰਨ ਆਉਂਦਾ ਸੀ ਤੁਹਾਡੇ ਨਾਲ ਵੀ ਖੇਡਦਾ ਸੀ ਜਦੋਂ ਵੀਰ ਦੇ ਸੱਟ ਲੱਗੀ ਉਦੋਂ ਕਿੱਥੇ ਟ੍ਰੇਨਿੰਗ ਕਰਨ ਜਾ ਰਿਹਾ ਸੀ ਬਾਈ ਅਤੇ ਉਦੋਂ ਜੀ ਤੇਜੀ ਮੇਰੇ ਪਿੰਡ ਹੀ ਆ ਰਿਹਾ ਸੀ ਅਤੇ ਪਿੰਡੋਂ ਮੇਰੇ ਜਾ ਰਿਹਾ ਸੀ ਅਤੇ ਉਦੋਂ ਸਾਡਾ ਛੱਛਾ ਸਾਹਿਬ ਗੁਰਦੁਆਰਾ ਪਿੰਡ ਸੀ ਜਦੋਂ ਉਹ ਮੋਲ ਮੁੜਿਆ ਨਾ ਤਾਂ ਉਦੋਂ ਬਲੈਰੋ ਆ ਰਹੀ ਸੀ ਉਹਨਾਂ ਦੇ ਪਿੰਡ ਹੀ ਆਪਣੇ ਉਹਦਾ ਉਹਨਾਂ ਦਾ ਹੀ ਘਰਾਂ ਦੋਈਆਂ ਮੁੰਡਾ ਹੈਪੀ ਜੀ ਉਹਦੀ ਬਲੈਰੋ ਦੇ ਵਿੱਚ ਆ ਕੇ ਇੱਥੋਂ ਮੋਟਰਸਾਈਕਲ ਕਈ ਬੋਲ ਕੱਢੇ ਉਹ ਬੰਪਰ ਫਸ ਗਿਆ ਜੀ ਅਤੇ ਜਦੋਂ ਜੀ ਤੇਜੀ ਦੇ ਸੱਟ ਲੱਗੀ ਆ ਉਦੋਂ ਮੈਂ ਅਮੈਰਿਕਾ ਸੀ ਅਤੇ ਉਦੋਂ ਬਾਅਦ ਮੈਂ ਉੱਥੋਂ ਵੀ ਉਹਦੀ ਹੈਲਪ ਕੀਤੀ ਉਦੋਂ ਬਾਅਦ ਮੈਂ ਆ ਕੇ ਕਈ ਟੂਰਨਾਮੈਂਟਾਂ ਦੇ ਜਿਵੇਂ ਬੱਲੋ ਮਾਜਰੇ ਹੋਇਆ ਜੀ ਆਪਣੇ ਬਾਈ ਦਾ ਸਿੰਧੀ ਦਾ ਜਸੀ ਉਹਨਾਂ ਦਾ ਉਹਨਾਂ ਦੇ ਟੂਰਨਾਮੈਂਟ ਦੇ ਮੈਂ ਇਹਨਾਂ ਨੂੰ ਕਹਿ ਤੇ ਸਨਮਾਨ ਕਰਾਇਆ ਜੀ ਤੇਜੀ ਦਾ ਹੋਰ ਮੈਂ ਕਈ ਮੈਂ ਟੂਰਨਾਮੈਂਟਾਂ ਦੇ ਤੇਜੀ ਦਾ ਸਨਮਾਨ ਕਰਾਇਆ ਜੀ ਯਾਨੀ ਮੈਂ ਤੇਜੀ ਦੇ ਨਾਲ ਬੇੜਾ ਦਬਾਇਆ ਜੀ ਭਰਾ ਦੇ ਆਪਣੇ ਨਾਲ ਕਈ ਮੈਂ ਕਹਿੰਦੇ ਬਹੁਤ ਬਾਕੀ ਸਾਡੀ ਟੀਮ ਨੇ ਵੀ ਪੂਰੀ ਜੀ ਉਹਦੀ ਹੈਲਪ ਕਰੀ ਆ ਸਾਡੇ ਸਾਰੇ ਭਾਈਆਂ ਨੇ ਜਿੰਨੇ ਬੱਬੂ ਨੇ ਆਪਣੀ ਸਾਰੀ ਟੀਮ ਆਈ ਅਸੀਂ ਉਹਦੀ ਪੂਰੀ ਹੈਲਪ ਕੀਤੀ ਹੈ ਤੇਜੀ ਅਤੇ ਮੇਨ ਡੈਥ ਦਾ ਕੀ ਕਾਰਨ ਸੀ ਕੁਝ ਪਤਾ ਤੁਹਾਨੂੰ ਉਸ ਬਾਰੇ ਜੀ ਅਤੇ ਜੀ ਉਹਦੀ ਡੈਥ ਦਾ ਨਹੀਂ ਹਰੇ ਥਾਈ ਜੀ ਸਾਨੂੰ ਪੂਰਾ ਪਤਾ ਲੱਗਿਆ ਜਾਣੀ ਸੀ ਪਤਾ ਨਹੀਂ ਸੀ ਤੁਸੀਂ ਕਹਿੰਦਾ ਇਹ ਚੀਜ਼ ਦੀ ਟੈਨਸ਼ਨ ਲੈ ਰਿਹਾ ਉਵੇਂ ਜੀ ਇੱਥੋਂ ਨਿਆਮਪੁਰ ਤੋਂ ਜਾ ਕੇ ਕੋਈ ਸੁਲਤਾਨਪੁਰ ਪਿੰਡ ਪੈਂਦਾ ਜੀ ਇਹਦੇ ਲਵੇ ਮੰਜੀ ਸਾਹਿਬ ਲਵੇ ਬੀਜੇ ਲਵੇ ਉੱਥੇ ਰਹਿ ਰਿਹਾ ਸੀ ਜੀ
ਕਿਸੇ ਦੇ ਨਾਲ ਰਹਿ ਰਿਹਾ ਸੀ। ਉਦੋਂ ਬਾਅਦ ਘੋੜੀਆਂ ਸਾਂਭਦਾ ਸੀ ਉਹਦੀਆਂ ਹੀ, ਉਸ ਬਹੁਤਾਂ ਦਾ ਉਹਨੂੰ ਸ਼ੌਂਕ ਸੀ, ਉਹਦੇ ਬਹੁਤ ਸੀ। ਉੱਥੇ ਜਾ ਕੇ ਡੈਥ ਹੋਈ ਹੈ, ਉਹਦੀ ਕੋਈ ਟੈਂਸ਼ਨ ਦੇ ਕਾਰਨ ਹੋਈ ਹੈ ਜੀ। ਇੰਨਾ ਜ਼ਿਆਦਾ ਕੋਈ ਪਤਾ ਨਹੀਂ ਉਸ ਬਾਰੇ? ਨਹੀਂ, ਜ਼ਿਆਦਾ ਨਹੀਂ ਜੀ ਪਤਾ ਲੱਗਿਆ। ਤੁਸੀਂ ਕਦੋਂ ਕਿੱਥੇ ਸੀ ਜਦੋਂ ਬਾਈ ਦੀ ਡੈਥ ਹੋਈ ਆ? ਅਤੇ ਉਦੋਂ ਜੀ ਮੈਂ ਅਮੈਰੀਕਾ ਸੀ, ਮੈਂ ਅਤੇ ਹਰਮਿੰਦਰ ਰੱਬੋਂ, ਅਤੇ ਮੈਂ ਬਾਈ ਦੇ ਘਰੇ ਸੀ ਆਪਣੇ ਚੰਨੇ ਦੇ ਯਾਰ ਗਿਰੀਏ ਦੇ ਉੱਥੇ ਯੂ ਐੱਸ ਏ। ਅਤੇ ਜਦੋਂ ਮੈਂ ਸਵੇਰੇ ਉੱਠੇ, ਮੈਂ ਅਤੇ ਹਰਮਿੰਦਰ ਰੱਬੋਂ ਅਸੀਂ ਜਿੰਮ ਜਾਣਾ ਜੀ, ਜਦੋਂ 6:30 ਉੱਠੇ ਤਾਂ ਫੋਨ ਰੱਬੋਂ ਨੇ, ਹਰਮਿੰਦਰ ਨੇ ਖੋਲ੍ਹਿਆ ਮੈਨੂੰ, ਕਹਿੰਦਾ ਬਹੁਤ ਯਾਰ ਮਾੜਾ ਹੋਇਆ। ਮੈਂ ਕਿਹਾ ਰੱਬੋਂ ਕੀ ਹੋ ਰਿਹਾ? ਉੱਠੀ ਤਾਂ ਮੈਂ ਯਾਰ ਆਪਣਾ ਭਾਈ ਨੇ ਵੀ ਇੱਦਾਂ ਸੂਸਾਈਡ ਕਰ ਲਿਆ ਵੀ ਤੇਜ਼ੀ ਨੇ ਆਪ ਵੀ। ਉਦੋਂ ਹੀ ਜਦੋਂ ਜਦੋਂ ਆਹ ਗੱਲ ਸੁਣੀ ਤਾਂ ਉਦੋਂ ਹੀ ਮੇਰਾ ਸਰੀਰ ਬਹੁਤ ਜ਼ਿਆਦਾ ਠੰਡਾ ਪੈ ਰਿਹਾ। ਹੁਣ ਜਦੋਂ ਤੇਜ਼ੀ ਨਾਲ ਇੰਨਾ ਖਾਧਿਆ ਪੀਤਾ ਇਕੱਠੇ ਰਿਹਾ ਖੇਡਿਆ ਜੀ, ਬਹੁਤ ਜ਼ਿਆਦਾ ਮੇਰੇ ਦਿਲ ਨੂੰ ਚੰਗੀ ਚੋਟ ਪਹੁੰਚੀ। ਜਿਵੇਂ ਤੁਹਾਡੇ ਮਾਤਾ ਜੀ ਵੀ ਦੱਸ ਰਹੇ ਸੀ ਇੰਟਰਵਿਊ ਤੋਂ ਪਹਿਲਾਂ, ਕਹਿੰਦੇ ਕਿ ਤੇਜ਼ੀ ਇੱਥੇ ਆ ਜਾਂਦਾ ਸਾਡੇ ਘਰੇ ਰਹਿੰਦਾ ਸੀ ਅਕਸਰ, ਜਿਵੇਂ ਕਿ ਤੁਹਾਡਾ ਤੋਂ ਸਾਂਝਾ ਪਰਿਵਾਰ ਸੀ ਸ਼ਾਇਦ, ਕਹਿੰਦੇ ਕਿ ਕਾਫੀ ਕਾਫੀ ਦਿਨ ਸਾਡੇ ਘਰੇ ਰਹਿੰਦਾ ਸੀ, ਯਾਨੀ ਕਿ ਭਰਾਵਾਂ ਵਾਲਾ ਪਿਆਰ ਸੀ? ਹਾਂਜੀ, ਭਾਈਆਂ ਵਾਲਾ ਹੀ ਪਿਆਰ ਸੀ, ਬਸ ਦੋਸਤ ਵੀ ਚੰਗਾ ਸੀ, ਭਰਾ ਵੀ ਚੰਗਾ ਸੀ। ਉਹਦੇ ਆਪਣੇ ਘਰੇ ਵੀ ਕਈ ਵਾਰੀ ਮੈਚਾਂ ਤੋਂ ਆਉਣਾ ਤਾਂ ਮੇਰੇ ਤੋਂ ਇੱਥੇ ਰਾਤ ਨੂੰ ਮਾਤਾ ਨਾਲ, ਮੈਂ ਪਿੰਡ ਆਉਂਦਾ ਜੀ ਆ ਕੇ ਸੀ ਜਮੈਂਟ ਫੈਮਿਲੀ ਸਾਡੇ ਪੱਬਰ ਦੇ ਵਿੱਚ ਹੀ ਜਾਣੀ ਸੀ, ਰਹਿੰਦਾ ਜੀ ਪਿੰਡਾ ਵੀ ਹੈ ਜੀ ਮੇਰੇ ਕੋਲ ਜੀ। ਬਹੁਤ ਜ਼ਿਆਦਾ ਪਿਆਰ ਸੀ ਤੇਜ਼ੀ ਨਾਲ, ਯਾਨੀ ਕਿ ਬਹੁਤ ਵੱਡਾ ਘਾਟਾ ਪਿਆ ਮਾਂ ਖੇਡ ਕਬੱਡੀ ਨੂੰ ਵੀ। ਤੁਹਾਡਾ ਭਰਾ ਸੀ ਇੱਕ ਹਿਸਾਬ ਦਾ, ਦੋਸਤ ਸੀ ਜਿਹਨਾਂ ਨਾਲ ਤੁਸੀਂ ਰਹਿੰਦੇ ਰਹੇ ਹੋ, ਯਾਨੀ ਕਿ ਤੁਹਾਨੂੰ ਵੀ ਬਹੁਤ ਵੱਡਾ ਘਾਟਾ ਪਿਆ ਵੀਰ ਦਾ। ਹਾਂਜੀ, ਅਸੀਂ ਨਾ ਜੀ ਜਦੋਂ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ, ਜਦੋਂ ਤੇਜ਼ੀ ਦੀ ਲੱਤ ਵੀ ਤੱਕ ਉਹਦੀ, ਉਹਨੂੰ ਐਂ ਕਹਿ ਕੇ ਆਏ ਸੀ ਅਸੀਂ ਜਾ ਕੇ ਸਾਰੀ ਭਰਾ ਕਬੱਡੀ ਵਾਲੇ ਮੇਰੇ ਪਿੰਡ ਵਾਲੀ ਟੀਮ ਵੀ, ਹਨਾ ਤੂੰ ਆਪਦੇ ਨਾਲ ਚੱਲਿਆ ਤਾਂ ਵੀ ਜੋ ਜੋ ਹੋਊਗਾ ਵੀ ਆਪਾਂ ਜਿੱਤਾਂ ਨੇ ਤੇਰਾ ਹਿੱਸਾ ਮਿਲੂਗਾ। ਅਸੀਂ ਇੰਨਾ ਉਹਨੂੰ ਹੌਂਸਲਾ ਵੀ ਦਿੰਦਾ ਰਿਹਾ ਵੀ ਉਹਦਾ ਮਨ ਨਾ ਥੋਲੇ, ਪਰ ਉਹਦਾ ਅਸੀਂ ਬਹੁਤ ਜ਼ਿਆਦਾ ਜਿੰਨੀ ਹੈਲਪ ਹੋਈ ਉਹਦੀ ਮੈਂ ਕਰਦਾ ਰਿਹਾ ਸੀ ਤੇਜ਼ੀ। ਤੇ ਕਾਫੀ ਗੱਲਬਾਤ ਹੋਈ ਆਪਣੀ ਤੁਹਾਡੇ ਬਾਰੇ, ਤੇ ਹੁਣ ਮਾਂ ਖੇਡ ਕਬੱਡੀ ਬਾਰੇ, ਹੁਣ ਤੁਹਾਡੇ ਨਿੱਜੀ ਜੀਵਨ ਬਾਰੇ ਜਾਣਦੇ ਆ, ਤੁਹਾਡੀ ਡੇਟ ਆਫ ਬਰਥ ਕੀ ਆ, ਮਾਤਾ ਪਿਤਾ ਦਾ ਕੀ ਨਾਮ ਆ, ਤੇ ਹੋਰ ਕੌਣ ਕੌਣ ਆ ਪਰਿਵਾਰ ਦੇ ਵਿੱਚ ਜੀ? ਤੇ ਮੇਰੀ ਜੀ 7/12/1981 ਦਾ ਜਨਮ ਆ ਜੀ, ਤੇ ਮੇਰੀ ਜੀ ਮੇਰੇ ਫਾਦਰ ਦਾ ਨਾਂ ਜੀ ਸਰਦਾਰ ਮੇਹਰ ਸਿੰਘ, ਮਾਤਾ ਦਾ ਨਾਂ ਹਰਬੰਸ ਕੌਰ ਜੀ, ਤੇ ਅਸੀਂ 5 ਭਰਾ ਜੀ। ਜੁਆਇੰਟ ਫੈਮਿਲੀ ਆ? ਹਾਂਜੀ, ਜੁਆਇੰਟ ਫੈਮਿਲੀ ਆ। ਤੇ ਪਹਿਲਾਂ ਮੇਰੇ ਬਾਬਾ ਜੀ ਸਰਮੰਚ ਰਹੇ ਨੇ ਜੀ, ਸਾਧੂ ਸਿੰਘ 30 ਸਾਲ, ਫਿਰ ਮੇਰੇ ਚਾਚਾ ਜੀ, ਫਿਰ ਮੇਰਾ ਵੱਡਾ ਭਰਾ ਹਰਪ੍ਰੀਤ ਸਰਮੰਚ ਰਿਹਾ ਜੀ 10 ਸਾਲ, ਹੁਣ ਮੇਰਾ ਛੋਟਾ ਭਰਾ ਹਰਿੰਦਰ ਹਨੀ ਉਹ ਸਰਪੰਚ ਆ ਜੀ ਮੌਕੇ ਦਾ। ਯਾਨੀ ਕਿ 15-20 ਸਾਲ ਦਾ ਸਰਪੰਚ ਤੁਹਾਡੇ ਘਰੇ ਹੀ ਆ? ਹਾਂਜੀ, ਅਸੀਂ ਜੀ 40-50 ਹਜ਼ਾਰ ਤੋਂ ਸਰਪੰਚ ਹੀ ਆ, ਅਤੇ ਘਰ 'ਚ ਜੀ ਸਾਡਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਜੀ, ਯਾਨੀ ਸੰਮਤੀ ਨਾਲ ਵੀ ਬਣਦੇ ਆ ਰਿਹਾ ਜੀ। ਯਾਨੀ ਕਿ ਸਰਬਸੰਮਤੀ ਨਾਲ? ਸਰਬਸੰਮਤੀ ਨਾਲ ਚੁਣ ਦਿੰਦੇ? ਨਹੀਂ ਜੀ, ਵੋਟਾਂ ਨਹੀਂ ਪਈਆਂ ਕਦੇ। ਵਾਹ ਜੀ ਵਾਹ, ਇਹ ਵੀ ਇੱਕ ਰਿਕਾਰਡ ਵਾਲੀ ਗੱਲ ਦੱਸ ਰਹੇ ਹਾਂ ਤੁਸੀਂ, ਯਾਨੀ ਕਿ ਸਰਬਸੰਮਤੀ ਨਾਲ ਚੁਣਦੇ ਹੈਗੇ, ਅਤੇ ਯਾਨੀ ਕਿ ਇਲਾਕੇ ਦੇ ਵਿੱਚ ਵਧੀਆ ਮਾਣ ਸਤਿਕਾਰ ਆ? ਹਾਂ, ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਜੀ, ਬਾਕੀ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਜੀ, ਸਾਡਾ ਵਧੀਆ ਬਣੀ ਹੋਈ ਹੈ ਜੀ। ਹਾਂਜੀ, ਅਤੇ ਤੁਹਾਡੇ ਨਿੱਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ? ਨਿੱਜੀ ਪਰਿਵਾਰ ਦੇ ਵਿੱਚ ਮੇਰੀ ਅਤੇ ਮੇਰੀ ਵਾਈਫ ਆ ਹਰਪ੍ਰੀਤ ਕੌਰ, ਅਤੇ ਮੇਰੀ ਬੇਟੀ ਆ ਜਸ਼ਨ ਕੌਰ, ਅਤੇ ਮੇਰਾ ਬੇਟਾ ਦਮਨਪ੍ਰੀਤ। ਬਹੁਤ ਸੋਹਣੇ ਨਾਮ ਆ ਜੀ। ਅਤੇ ਤੁਹਾਡੀ ਸਟੱਡੀ ਕਿੱਥੋਂ ਤੱਕ ਹੋਈ ਹੈ ਜੀ? ਅਤੇ ਮੇਰੀ ਜੀ ਸਟੱਡੀ ਮੈਂ 10 ਪੜ੍ਹਿਆ ਜੀ, ਆਪਾਂ ਪਹਿਲਾਂ ਮੈਂ ਪਿੰਡ ਦੇ ਸਕੂਲ 'ਚ ਜਿੱਥੋਂ ਗੇਮ ਸ਼ੁਰੂ ਕੀਤੀ ਆ ਕਬੱਡੀ, ਅਤੇ ਫਿਰ ਮੈਂ ਬਾਬਰਪੁਰ ਪੜ੍ਹਿਆ ਜੀ। ਯਾਨੀ ਕਿ ਵਧੀਆ ਪੜ੍ਹੇ ਲਿਖੇ ਉਹਨਾਂ ਸਮੇਂ ਦੇ ਵਿੱਚ, ਇੰਨੇ ਕੁ ਬਹੁਤ ਹੁੰਦਾ ਜੀ ਜੀ ਜੀ। ਅਤੇ ਆਪਣੀ ਕਾਫੀ ਗੱਲਬਾਤ ਹੋਈ, ਹੁਣ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਜਾਣਦੇ ਹਾਂ, ਸਮੁੱਚੇ ਪੰਜਾਬੀਆਂ ਨੂੰ, ਦਰਸ਼ਕਾਂ ਨੂੰ ਜਾਂ ਫਿਰ ਨਵੇਂ ਉੱਠ ਰਹੇ ਖਿਡਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਜੀ ਜਿਹੜੇ ਆਉਣ ਮੇਰੇ ਭਰਾ ਨੇ ਛੋਟੇ ਕਬੱਡੀ ਦੇ, ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਸਰੀਰ ਨੂੰ ਬਚਾਓ ਅਤੇ ਮਿਹਨਤ ਕਰੋ ਅਤੇ ਆਪਣੀ ਦੇਸੀ ਖੁਰਾਕ ਖਾਓ, ਅਤੇ ਵੀ ਸਿਹਤ ਵੱਲ ਧਿਆਨ ਦਿਓ ਆਪਣੀ, ਜਿੰਨੀ ਮਿਹਨਤ ਹੁੰਦੀ ਆ ਵੱਧ ਤੋਂ ਵੱਧ ਗਰਾਊਂਡ ਦੀ ਮਿਹਨਤ ਕਰੋ ਜੀ। ਜੀ, ਅਤੇ ਮੈਂ ਗਰਾਊਂਡ ਦੀ ਵੱਧ ਮਿਹਨਤ ਕੀਤੀ ਆ, ਮੈਂ ਜਿੰਮ ਘੱਟ ਕੀਤੀ ਆ ਜੀ, ਜਾਣੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਸਭ ਤੋਂ ਵੱਧ ਜੀ ਗਰਾਊਂਡ ਦੀ ਮਿਹਨਤ ਕਰੋ, ਸਟੈਮਿਨਾ ਜ਼ਿਆਦਾ ਆਉਂਦਾ ਜੀ, ਵੱਧ ਤੋਂ ਵੱਧ ਗੇਮ ਖੇਡੋ, ਕਬੱਡੀ ਖੇਡੋ ਜਦੋਂ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ, ਜੇ ਨਹੀਂ ਪ੍ਰੇਅਰ ਘੱਟ ਨਹੀਂ ਤਾਂ ਆਪਣੇ ਦੁਆਰੇ ਤੇ ਪਿੰਡ ਦੇ ਵਿੱਚ ਗੇਮ ਚੱਲਦੀ ਆ ਤਾਂ ਉੱਥੇ ਜਾ ਕੇ ਲਾਓ, ਮੈਂ ਆਪਣੇ ਛੋਟੇ ਭਰਾਵਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਜੀ। ਬਹੁਤ ਵਧੀਆ ਮੈਸੇਜ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ ਕਿ ਸਾਡੀ ਟੀਮ ਦੇ ਲਈ ਟਾਈਮ ਕੱਢਿਆ। ਦੋਸਤੋ, ਇਹ ਸਨ ਅੰਤਰਰਾਸ਼ਟਰੀ ਕਬੱਡੀ ਜਾਫੀ ਮੱਖਣ ਲਸਾੜਾ ਗਿੱਲ, ਜਿਨ੍ਹਾਂ ਨਾਲ ਗੱਲਬਾਤ ਕਰੀ, ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਦਰਸ਼ਕ ਵੀਰੋ, ਤੁਸੀਂ ਕਿਸੇ ਹੋਰ ਪਲੇਅਰ ਦੀ ਇੰਟਰਵਿਊ ਦੇਖਣਾ ਚਾਹੁੰਦੇ ਹੋ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।